हां जी ਸਤਿ ਸ਼੍ਰੀ ਅਕਾਲ ਸਲਾਮ ਵਾਲੇਕੁਮ ਤੁਹਾਨੂੰ ਮਸਤੇ ਮੈਂ ਹਾਂ ਤੁਹਾਡਾ ਮੁਲਕੀ ਸਿੰਘ ਨੀਟਾ ਤੇ ਤੁਹਾਡਾ ਸਾਰਿਆਂ ਦਾ ਦਿਲੋਂ ਸਵਾਗਤ ਕਰਦਾ ਤੁਹਾਡੇ ਆਪਣੇ ਪ੍ਰੋਗਰਾਮ ਇਟਲੀ ਦੀ ਆਵਾਜ਼ ਇਹਨਾਂ ਦਿਨਾਂ ਵਿੱਚ ਇਟਲੀ ਅੰਦਰ ਇਲੈਕਸ਼ਨਾਂ ਕਰਕੇ ਮਾਹੌਲ ਬਹੁਤ ਗਰਮ ਨਵੇਂ ਚਿਹਰੇ ਆ ਰਹੇ ਨੇ ਕੁਝ ਐਸੇ ਚਿਹਰੇ ਆ ਰਹੇ ਨੇ ਜਿਨ੍ਹਾਂ ਨੇ ਸੋਚਿਆ ਵੀ ਨਹੀਂ ਸੀਗਾ ਵੀ ਅਸੀਂ ਇਸ ਪੋਸਟ ਤੇ ਕੈਂਡੀਡੇਟ ਹੋਵਾਂਗੇ ਮੇਰੇ ਨਾਲ 22 23 ਸਾਲ ਤੋਂ ਲੈ ਕੇ 50 60 ਸਾਲ ਤੱਕ ਲੋਕ ਮਿਲਦੇ ਵਿਛੜਦੇ ਨੇ ਜਿਹੜੇ ਕੈਂਡੀਡੇਟ ਹੋਏ ਨੇ ਅੱਧੀ ਜਿੱਤ ਤਾਂ ਅਸੀਂ ਉਦੋਂ ਹਾਸਲ ਕਰ ਲੈਣਾ ਜਦੋਂ ਅਸੀਂ ਖੜੇ ਹੁੰਦਾ ਫੈਸਲਾ ਲੈਂਦੇ ਆ ਅੱਧਾ ਮਹਾਰਾਜ ਦਾ ਤੇ ਲੋਕਾਂ ਦਾ ਸਾਥ ਚਾਹੀਦਾ ਆ ਤੇ ਇਹਨਾਂ ਦਿਨਾਂ ਵਿੱਚ ਮੇਰੇ ਨਾਲ ਵੱਖ-ਵੱਖ ਪ੍ਰਵਿੰਸ਼ਾਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਗੱਲ ਕਰਨਾਂ ਦੇ ਪਨੇ ਕੈਂਡੀਡੇਟ ਤੇ ਅੱਜ ਦਾ ਇੰਟਰਵਿਊ ਥੋੜਾ ਸਪੈਸ਼ਲ ਆ ਥੋੜਾ ਖਾਸ ਆ ਕਿਉਂਕਿ ਇੱਕ ਲੇਡੀ ਚਿਹਰਾ ਸਾਨੂੰ ਦੇਖਣ ਨੂੰ ਮਿਲਿਆ ਆ ਪੋਲੀਟਿਸ਼ੀਅਨ ਵਿੱਚ ਇਹਨਾਂ ਲੋਕਾਂ ਦੀ ਸੋਚ ਆ ਕਿ ਇੰਡੀਅਨ ਔਰਤਾਂ ਸਿਰਫ ਹਾਊਸ ਵਾਈਫ ਤਾਕੀ ਸੀਮਤ ਨੇ ਜਾਂ ਉਹ ਸਿਰਫ ਘਰ ਦਾ ਹੀ ਕੰਮ ਕਰ ਸਕਦੇ ਨਾ ਤੋਂ ਬੱਚੇ ਸਕੂਲ ਛੱਡਣ ਗਏ। ਬੜਾ ਔਖਾ ਸਾਡੀਆਂ ਔਰਤਾਂ ਨੇ ਹਿੰਮਤ ਜੁਟਾ ਕੇ ਫੈਕਟਰੀਆਂ 'ਚ ਕੰਮ ਕਰਨਾ ਸ਼ੁਰੂ ਕੀਤਾ। ਕੋਰਸ ਕਰਨੇ ਸ਼ੁਰੂ ਕੀਤੇ ਤੇ ਹੁਣ ਪੋਲੀਟਿਸ਼ੀਅਨ ਵਿੱਚ ਵੀ ਇਹਨਾਂ ਨੂੰ ਦੇਖਣ ਦਾ ਮੌਕਾ ਮਿਲੇਗਾ। ਸੂਮਾ ਸਵਾਗਤ ਕਰਦਾ ਹਰਜੋਤ ਕੋਰ ਜੀ ਦਾ ਜਿਹੜੇ ਬੰਯੋਲੋ ਪਿਆਨੋ ਤੋਂ ਆਏ ਨੇ ਮੈਡਮ ਸਵਾਗਤ ਹੈ ਤੁਹਾਡਾ। ਹਾਂਜੀ ਸਤਿ ਸ੍ਰੀ ਅਕਾਲ ਪਾਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਮੈਨੂੰ ਇੱਥੇ ਬੁਲਾਉਣ ਲਈ। ਹਾਂਜੀ ਤੇ ਤੁੜਨਾ ਬਹੁਤ ਗੱਲਾਂ ਕਰਨੀਆਂ ਆਪਾਂ ਹਾਂਜੀ ਬਾਜੀ ਤੁਸੀਂ ਹੁਣ ਸਾਡੇ ਇੱਕ ਪੋਲੀਟਿਸ਼ੀਅਨ ਚ ਦੇਖਣ ਨੂੰ ਮਿਲੋਗੇ ਸਾਨੂੰ ਇਟਲੀ ਦੀ ਅ ਇਸ ਤੋਂ ਪਹਿਲੇ ਤੁਸੀਂ ਇਟਲੀ ਕਿੱਦਾਂ ਆਏ ਤੁਹਾਡੀ ਪੜ੍ਹਾਈ ਕਿੰਨੀ ਹੋਈ ਆ ਜਾਂ ਇੱਥੇ ਆਣ ਦਾ ਵਿਚਾਰ ਕਿੱਦਾਂ ਬਣਿਆ ਤਾਂ ਮੈਂ ਇੰਡੀਆ ਜਿੱਦਾਂ ਕਹ ਲਓ ਬੀ ਕਾਮ ਕੀਤੀ ਆ ਇਟਲੀ ਜਾਣ ਦਾ ਮੌਕਾ ਕਿੱਦਾਂ ਬਣਿਆ ਇਟਲੀ ਬਾਜੀ ਮੈਨੂੰ ਜਿੱਦਾਂ 2005 ਦੇ ਵਿੱਚ ਮੇਰੇ ਜਿੱਦਾਂ ਮੇਰੀ ਬੈਰਿਜ ਹੋ ਗਈ ਗੁਰਮੋਹਨ ਸਿੰਘ ਨਾਲ ਠੀਕ ਹੈ ਤਾਂ ਮੈਂ ਚਲੋ ਫਿਰ ਮੇਰੇ ਜਿੱਦਾਂ ਇਹਨਾਂ ਨੇ ਕੰਮ ਮੇਰੇ ਹਸਬੰਦ ਨੇ ਕਿਹੜੇ ਸਾਲ ਚਾਹੇ ਤੁਸੀਂ ਮੈਂ 2007 ਦੇ ਵਿੱਚ ਅਗਸਤ ਦੇ ਵਿੱਚ ਇਟਲੀ ਆਏ ਹਾਂ ਜੀ ਮੈਂ ਆਪਣੇ ਹਸਬੰਦ ਜੀ ਕਿਹੜੇ ਸ਼ਹਿਰ ਦਾ ਸੀ ਇੱਥੇ ਜੀ ਮੈਂ ਬਨੀਓਲੋ ਇਨ ਪਿਆਨੋ ਦੇ ਵਿੱਚ ਰਿਜੋਮੀਲੀਆ ਤੇ ਭਾਜੀ ਨੂੰ ਕਿੰਨੇ ਚਿਰ ਹੋ ਗਏ ਤੁਹਾਡੇ ਹਸਬੰਦ ਇੱਥੇ ਇਹ ਭਾਜੀ 1998 ਦੇ ਇੱਥੇ ਆਏ ਹੋ ਨੇ ਓਕੇ ਇਹ ਜਿੱਦਾਂ ਕਹਿ ਲਓ ਡਾਂਕੀ ਲਾ ਕੇ ਆਏ ਸੀਗੇ ਤਾਂ ਇਹ ਦੋ ਜਿੱਦਾਂ ਆਪਣੇ ਸਾਰੇ ਤਕਨੀਕ ਬੰਦੇ ਜੀ ਆਏ ਨੇ ਬਿਲਕੁਲ ਹਾਂ ਜੀ ਹਾਂਜੀ ਤਾਂ ਬੜੀਆਂ ੱੱਕੇ ਖਾ ਕੇ ਪੇਪਰ ਬਣੇ ਉਸ ਤੋਂ ਬਾਅਦ ਤੁਹਾਨੂੰ ਸੱਦਿਆ ਤਾਂ ਸਾਨੂੰ ਸੋਖੇ ਕਰਨ ਦੀ ਕੋਸ਼ਿਸ਼ ਕੀਤੀ ਸਾਨੂੰ ਸੋਖੇ ਕਰਨ ਦੀ ਕੋਸ਼ਿਸ਼ ਅੱਛਾ ਜਦੋਂ ਇਟਲੀ ਆਏ ਤੇ ਆਮ ਜਿੱਦਾਂ ਆਪਣੀਆਂ ਪਹਿਣਾ ਆਉਂਦੀਆਂ ਨੇ ਹਨਾ ਹਾਂਜੀ ਹਾਊਸ ਵਾਈਫ ਵਾਲੀ ਜ਼ਿੰਦਗੀ ਜਿਨੀ ਆਨੇ ਤੁਹਾਨੂੰ ਜਦੋਂ ਕਿਤੇ ਜਾਣਾ ਹੁੰਦਾ ਸੀ ਕਿੱਦਾਂ ਤੁਸੀਂ ਲੋਕਾਂ ਨਾਲ ਕਮੂਨੇ ਜਾਣਾ ਹਸਪੀਟਲ ਜਾਣਾ ਜਾਂ ਕੁਝ ਤੋਰੇ ਜਾਣਾ ਭਾਜੀ ਜਿੱਦਾਂ ਕਹਿ ਲਓ ਪਹਿਲਾਂ ਤਾਂ ਸਟਾਰਟਿੰਗ ਦੇ ਵਿੱਚ ਤਾਂ ਚਲੋ ਇਹ ਜਿੱਦਾਂ ਹੈਲਪ ਜਣੀ ਇਹਨਾਂ ਦੇ ਨਾਲ ਆਉਂਦੀ ਜਾਂਦੀ ਸੀ ਬਾਰੇ ਫਿਰ ਜਦੋਂ ਯਾਨੀ ਕਿ ਕਹਿ ਲਓ ਉਦੋਂ ਸਾਡੇ ਬੰਦਿਆਂ ਕੋਲ ਜਦੋਂ ਹੁਣ ਤਾਂ ਯਾਨੀ ਕਿ ਹੋ ਗਏ ਆ ਤੁਸੀਂ ਵੀ ਪਤਨਤੇ ਕਰਾਉਂਦੇ ਆ ਆਨਲਾਈਨ ਉਦੋਂ ਨਹੀਂ ਹੁੰਦੇ ਸੀ ਪਤਨਤੇ ਬਿਲਕੁਲ ਬਿਲਕੁਲ ਬੜਾ ਔਖਾ ਹੁੰਦਾ ਸੀ ਕਿਸੇ ਕਿਸੇ ਕੋਲੇ ਪਤਨਤੇ ਹੁੰਦਾ ਸੀਗਾ ਤਾਂ ਬਹੁਤ ਔਖਾ ਹੁੰਦੇ ਨਾਲੇ ਆਪਣੀ ਇੰਡੀਅਨ ਕਮਿਊਨਿਟੀ ਉਦੋਂ ਬਹੁਤ ਘੱਟ ਸੀ ਜਿਹੜੀਆਂ ਜਿਹੜੀਆਂ 2005 6 ਤੋਂ ਬਾਅਦ ਆਣੀਆਂ ਸ਼ੁਰੂ ਹੋਈਆਂ 99 ਦੇ ਪੇਪਰ ਬਣੇ ਫਿਰ 2002 ਵਾਲੇ ਪੇਪਰ ਬਣੇ ਯਾਨੀ ਹੁਣ ਤਾਂ ਬਹੁਤ ਫੈਮਲੀਆਂ ਹੋ ਗਈਆਂ ਜਦੋਂ ਮੈਂ ਆਈ ਸੀਗੀ ਉਦੋਂ ਮੰਮੀਆਂ ਨਹੀਂ ਸੀ ਫੈਮਲੀਆਂ ਨਾਲੇ ਉਦੋਂ ਕਮਾ ਦਾ ਵੀ ਜਾਨੀ ਕਿ ਇਹ ਹੁੰਦਾ ਸੀ ਇੰਨੀ ਲੈਂਗੁਏਜ ਦਾ ਵੀ ਨਹੀਂ ਡਵੈਲਪਮੈਂਟ ਸੀ ਕਿ ਬੰਦਿਆਂ ਨੂੰ ਬਸ ਇਹੀ ਡਰ ਹੁੰਦਾ ਸੀਗਾ ਕਿ ਹਾਂ ਮਾਲਕਾਂ ਦੇ ਕਿੱਦਾਂ ਛੁੱਟੀ ਲੈ ਕੇ ਆਉਣਾ ਕਿੱਦਾਂ ਨਹੀਂ ਪਰ ਫਿਰ ਵੀ ਚਲੋ ਜਾਨੀ ਕਿ ਕਹਿ ਲਓ ਮੇਰੇ ਫਰੈਂਡ ਹੁੰਦੇ ਸੀ ਨਾਲ ਉਹਨਾਂ ਨੇ ਚਲੋ ਉਹ ਵੀ ਹੈਲਪ ਕਰ ਦਿੰਦੇ ਹੁੰਦੇ ਸੀਗੇ ਤਾਂ ਅੱਬਲ ਇਹ ਜਾਨੀ ਇਹ ਇਹਨਾਂ ਦੇ ਨਾਲ ਚਲੇ ਜਾਣਾ ਜਾਂ ਹਸਪੀਟਲ ਵਗੈਰਾ ਪਰ ਫਿਰ ਹੌਲੀ-ਹੌਲੀ ਇਹਨਾਂ ਨੇ ਜਿੱਦਾਂ ਮੈਨੂੰ ਕਹਿ ਦਿੱਤਾ ਮੇਰੇ ਹਸਬੰਦ ਨੇ ਕਿ ਤੂੰ ਕੱਲੀ ਆਇਆ ਜਾਇਆ ਕਰ ਤਾਂ ਜੋ ਤੈਨੂੰ ਜਾਨੀ ਇੰਡੀਪੈਂਡੈਂਟ ਹੋਵੋ ਕਿ ਤਾਂ ਜੋ ਇਹ ਨਹੀਂ ਗੱਲ ਕਿ ਮੈਨੂੰ ਕੱਲੀ ਛੱਡ ਗੱਲ ਇਹ ਸੀਗੀ ਕਿ ਮੈਨੂੰ ਬੋਲੀ ਆਵੇ ਤਾਂ ਜੋ ਜਾਨੀ ਕਿ ਮੈਂ ਕੱਲੀ ਵਿਚਰਾ ਆਪ ਲੋਕਾਂ ਚ ਵਿਚਰਾ ਵਿਚਰਾ ਤਾਂ ਜੋ ਮੈਨੂੰ ਜਾਨੀ ਅਖਿਆਈ ਨਾ ਆਵੇ ਕਿਸੇ ਗੱਲ ਦੇਖੋ ਤੁਹਾਡੀ ਮੈਂ ਗੱਲ ਵੱਡੀ ਕਰਦਾ ਸਾਡੇ ਕੋਲ ਨਾ ਪਿਛਲੇ ਕੁਝ ਸਾਲਾਂ ਚ ਇੰਨੀਆਂ ਔਰਤਾਂ ਦੀ ਐਡਮਿਸ਼ਨਾਂ ਹੋਈਆਂ ਨੇ ਜਿਨ੍ਹਾਂ ਬੰਦੇ ਨਹੀਂ ਹੋਏ ਹਾਂ ਕਿਉਂਕਿ ਹੁਣ ਸਾਡੀ ਸੋਚ ਜਿਹੜੀ ਨਾ ਉਹ ਗਾਂ ਵਾਂਦੂ ਸੋਚ ਹੋ ਗਈ ਪਹਿਲੇ ਸੀਗਾ ਜਿਹੜੇ ਪਹਿਲੇ ਆਏ ਸੀ ਜਿੱਦਾਂ ਮੇਰੇ ਪਾਪਾ ਲਾ ਲਓ ਜਾਂ ਜਿੱਦਾਂ ਤੁਹਾਡੇ ਹਸਬੰਦ ਲਗਾ ਲਓ ਜਿਨ੍ਹਾਂ ਨੇ ਵਿਚਾਰਿਆਂ ਨੇ ਕਰਜ਼ਾ ਚੱਕ ਕੇ ਆਏ ਹਾਂਜੀ ਕਰਜ਼ੇ ਲਾਣ ਦੀ ਟੈਨਸ਼ਨ ਉਸ ਤੋਂ ਬਾਅਦ ਪੇਪਰ ਬਣਾਉਣ ਦੀ ਟੈਨਸ਼ਨ ਫਿਰ ਫੈਮਿਲੀ ਸਭ ਦੀ ਟੈਨਸ਼ਨ ਹੁਣ ਉਹ ਸੈੱਟ ਹੋ ਗਏ ਨੇ ਹੁਣ ਉਹ ਬੱਚਿਆਂ ਨੂੰ ਪੜ੍ਹਾ ਰਹੇ ਨੇ ਯਾ ਆਪਣੀਆਂ ਔਰਤਾਂ ਨੂੰ ਆਪਣੀਆਂ ਵਾਈਫ ਨੂੰ ਕੋਰਸ ਕਰਾ ਰਹੇ ਨੇ ਹਾਂਜੀ ਬਾਜੀ ਸੋ ਮੇਰੇ ਕੋਲ ਐਸੇ ਐਸੇ ਵੀ ਪਰਿਵਾਰ ਹੈਗੇ ਨੇ ਜਿਹੜੇ ਇੰਡੀਆ ਬੈਠੇ ਪੜ੍ਹਦੇ ਨੇ ਚਲੋ ਤੁਸੀਂ ਆਪਣੀ ਪੜ੍ਹਾਈ ਬਾਰੇ ਦੱਸੋ ਵੀ ਜਦੋਂ ਇਟਲੀ ਚਾਹੇ ਤੁਸੀਂ ਤੁਸੀਂ ਬਿਲਕੁਲ ਜ਼ੀਰੋ ਸੀ ਜਦੋਂ ਸਾਰੇ ਹੋ ਜਾਂਦੇ ਨੇ ਇਹ ਜਿhandle ਕੇ ਤੇ ਤੁਹਾਨੂੰ ਫੀਲ ਹੁੰਦਾ ਜੀ ਕਿ ਮੈਂ ਜ਼ੀਰੋ ਹੋ ਗਈ ਬਿਲਕੁਲ ਹਾਂਜੀ ਬਾਜੀ ਹੁੰਦਾ ਹੀ ਸੀਗਾ ਯਾਨੀ ਕਿ ਉੱਥੋਂ ਬੰਦਾ ਬੀ ਕਾਮ ਕੀਤੀ ਕਹਿ ਲਓ ਯਾਨੀ ਕਿ ਸਾਰਾ ਕੁਝ ਹੀ ਜ਼ੀਰੋ ਹੋ ਗਿਆ ਮੈਨੂੰ ਕੋਈ ਡਾਕਟਰ ਆਣ ਕੇ ਰੋਂਦੇ ਨੇ ਤੇ ਹਾਂਜੀ ਮੈਂ ਯਾਨੀ ਕਿ ਜਿੱਥੇ ਹੁਣ ਮੈਂ ਐਜ਼ ਅ ਮਿੱਤਲ ਮਕੈਨਿਕਾ ਦਾ ਕੰਮ ਕਰਦੀ ਆ ਪਰਸੋਂ ਮੇਰੇ ਨਾਲ ਜਦੋਂ ਉੱਥੇ ਸਾਡੀਆਂ ਐਮ ਕਾਮ ਕੁੜੀ ਨੇ ਕੀਤੀ ਉਹ ਤਾਂ ਉਹ ਸਫਾਈਆਂ ਦਾ ਕੰਮ ਕਰ ਗਈ ਹੈ ਬੜਾ ਦੁੱਖ ਹੁੰਦਾ ਹੈ ਇਹ ਚੀਜ਼ਾਂ ਦੇਖ ਕੇ ਕਿ ਅਸੀਂ ਸਾਰੀ ਜ਼ਿੰਦਗੀ ਪੜਾਈਆਂ 'ਚ ਗਾਲ ਦਿੱਤੀ ਤੇ ਮੁੜ ਕੇ ਸਾਨੂੰ ਇੱਥੇ ਆ ਜਾਣਾ ਤেন ਤਾਂ ਮੈਨੂੰ ਕੋਈ ਔਖਾ ਨਹੀਂ ਇੱਥੇ ਮੈਂ ਕਿਹ ਕਰੀਜੋ ਮੈਂ ਇੱਥੇ ਜਿੱਦਾਂ ਮੈਂ ਫਿਰ ਇੱਥੇ ਆ ਕੇ ਪਹਿਲਾ ਆ ਉਹਨੂੰ ਜਿੱਦਾਂ ਸਰਟੀਫਿਕੇਟ ਕੀਤਾ ਆ ਦੂ ਐ ਫਿਰ ਬੀ 1 ਫਿਰ ਮੈਂ ਉਤੋਂ ਬਾਅਦ ਤੈਸਾ ਮੈਦੀਆ ਕੀਤਾ ਤੈਸਾ ਕੋਰਸਾਂ ਬਾਰੇ ਦੱਸੋ ਤੁਸੀਂ ਇਹ ਕਦੋਂ ਕੀਤੇ ਔਰ ਕਿਹੜੇ-ਕਿਹੜੇ ਕੀਤੇ ਨੇ ਭਾਜੀ ਆ ਉਹ ਕੋਈ ਵਿਨੈਤ ਪਤਾ ਤੁਸੀਂ ਛੋਟੇ ਸਕੂਲ ਤਾਂ ਗਏ ਨਹੀਂ ਬੱਚਿਆਂ ਲਈ ਉਹ ਨਹੀਂ ਗਏ ਕਿਉਂਕਿ ਸਾਡੀ ਉਮਰ ਜ਼ਿਆਦਾ ਹੋ ਗਈ ਜ਼ਿੰਮੇਵਾਰੀਆਂ ਜ਼ਿਆਦਾ ਹੋ ਗਈਆਂ ਤੇ ਬੱਚਿਆਂ ਲਈ ਸਕੂਲ ਅਸੀਂ ਜਾ ਨਹੀਂ ਸਕੇ ਪਰ ਫਿਰ ਵੀ ਤੁਸੀਂ ਹਿੰਮਤ ਕਰਕੇ ਪੜ੍ਹਾਈ ਕੀਤੀ ਔਰ ਕਿਉਂਕਿ ਜੇ ਤੁਸੀਂ ਅੱਜ ਇਟਾਲੀਅਨ ਲੋਕਾਂ ਨਾਲ ਵਿਚਾਰ ਸਾਂਝੇ ਕਰ ਰਹੇ ਨੇ ਤੁਸੀਂ ਇਕੱਲੇ ਇੰਡੀਅਨ ਨਹੀਂ ਖੜੇ ਹੋਏ ਤੁਸੀਂ ਲਿਸਟ ਇਟਾਲੀਅਨ ਦੀ ਵਿੱਚੋਂ ਇਸ ਕਰਕੇ ਤੁਹਾਨੂੰ ਇਟਾਲੀਅਨ ਕੋਈ ਵੀ ਰੋਕ ਕੇ ਕੋਈ ਵੀ ਸਵਾਲ ਪੁੱਛ ਸਕਦਾ ਹੈ ਤੁਸੀਂ ਇਕੱਲੇ ਇੰਡੀਅਨ ਦੇ ਕੌਂਸਲਰ ਨਹੀਂ ਬੰਨਾ ਤੁਸੀਂ ਪੂਰੇ ਪਿੰਡ ਦੇ ਬੰਨਾ ਆ ਇੱਕ ਪਿੰਡ ਦਾ ਇੱਕ ਇਟਾਲੀਅਨ ਵੀ ਤੁਹਾਨੂੰ ਰੁਕੇਗਾ ਤੁਹਾਨੂੰ ਆਪਣੀ ਮੁਸ਼ਕਲ ਦੱਸੇਗਾ ਤੁਹਾਨੂੰ ਸੁਣਨੀ ਪੈਣੀ ਹੈ ਸੋ ਅਗਰ ਤੁਹਾਨੂੰ ਬੋਲੀ ਨਹੀਂ ਆਏਗੀ ਤਾਂ ਕਿੱਦਾਂ ਸੁਣੋਗੇ ਕੋਰਸ ਕਿਹੜੇ-ਕਿਹੜੇ ਕੀਤੇ ਤੁਸੀਂ ਭਾਜੀ ਮੈਂ ਜਾਣੀ ਕਿ ਕਹਿ ਲਓ ਪਹਿਲਾਂ ਆ ਉਹਨੂੰ ਜਿੱਦਾਂ ਮੇਰੇ ਹਸਬੰਦ ਨੇ ਆਉਂਦਿਆਂ ਨੇ ਮੈਨੂੰ ਜਿੱਦਾਂ ਐਡਮਿਸ਼ਨ ਦਵਾ ਉਦੋਂ ਲੈਂਗੁਏਜ ਦੇ ਸਕੂਲ ਹੁੰਦੇ ਸਨ ਬੇਸਿਕ ਕੋਰਸ ਆ ਉਹਨੂੰ ਹਾਂ ਆ ਉਹਨੂੰ ਆ ਜਿੱਦਾਂ ਹੁਣ ਤਾਂ ਜਾਨੀ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਕਸਤੂਰੀਆਂ ਦੇ ਵਿੱਚ ਵੀ ਜਦੋਂ ਅਸੀਂ ਕੱਪਤਾ ਦੀ ਸੰਜੋਨੋਂ ਲੈਣੀ ਹੈ ਤਾਂ ਆਦੂਏ ਉਹਨਾਂ ਨੇ ਕਰ ਦਿੱਤਾ ਹੈ ਜਾਂ ਉੱਥੇ ਐਗਜ਼ਾਮ ਦੇਣਾ ਪੈਂਦਾ ਬਿਲਕੁਲ ਬਿਲਕੁਲ ਚਿੱਤਾ ਦੀ ਨਾਨਸਾ ਵਾਸਤੇ ਵੀ ਬੀ ਉਹਨੂੰ ਕਰ ਦਿੱਤਾ ਹੈ ਉਹਨਾਂ ਨੇ ਜੀ ਜੀ ਫੇ ਆ ਦੂਏ ਕੀਤਾ ਫੇ 130 ਉਹ ਜਿੱਦਾ ਬੀ ਯੂਨੋ ਸਗਾ ਨਾ ਫੇ ਬੀ ਯੂਨੋ ਡਿਫਿਕਲਟ ਹੋ ਜਾਂਦਾ ਹੈ ਬਹੁਤ ਕਿਉਂਕਿ ਬੀ ਯੂਨੋ ਮੇਨ ਨੈਸ਼ਨਲਟੀ ਵਾਸਤੇ ਚਾਹੀਦਾ ਬਹੁਤ ਹਾਈ ਲੈਵਲ ਦਾ ਹੈ ਹਾਂਜੀ ਫੇ ਬੀ ਯੂਨੋ ਵੀ ਜਿੱਦਾਂ ਮੈਂ ਕਰ ਲਿਆ ਜਿੱਦਾਂ ਕਿਚ ਧੂਕੇ ਤਾਂ ਫੇ ਜਾਨੀ ਕਿ ਕਹਿ ਲੋ ਫੇ ਮੈਨੂੰ ਜਦੋਂ ਮੈਂ ਲਿਸੈਂਸ ਮੇਦੀਆ ਤਰਸਾ ਮੇਦੀਆ ਫੇ ਮੈਨੂੰ ਪ੍ਰੋਬਲਮ ਆਉਂਦੀ ਸੀ ਕਿੱਦਾਂ ਜਾਣਾ ਕਿਉਂਕਿ ਪਿੰਡ ਦੇ ਵਿੱਚ ਨਹੀਂ ਸੀਗਾ ਜੀ ਉਹ ਮੈਨੂੰ ਜਾਨੀ ਕਿ 15 ਕਿਲੋਮੀਟਰ ਬਾਹਰ ਜਾਣਾ ਪੈਂਦਾ ਜੀ ਪਤਾ ਕਰ ਲਈ ਅਸੀਂ ਮੈਂ ਸਾਰਾ ਕੁਝ ਫੇ ਭਾਜੀ ਮੈਂ ਪਤਾ ਇੰਤੇ ਸ਼ੁਰੂ ਕੀਤਾ ਕਰਦਾ ਕਿੱਦਾਂ ਜਾਣਾ ਕਿਨੇ ਰੋਜ਼ ਛੱਡਣ ਜਾਣਾ ਹਸਬੰਡ ਵੀ ਤੂੰ ਨੀਆਂ ਚ ਕੰਮ ਕਰਦੇ ਸੀ ਤਾਂ ਉਹਨਾਂ ਕੋਲ ਵੀ ਟਾਈਮ ਨਹੀਂ ਸੀ ਹੁੰਦਾ ਹੈ ਤਾਂ ਰੋਜ਼ ਕਹਿਣਾ ਵੀ ਕਿਹਨੂੰ ਭਾਜੀ ਬਿਲਕੁਲ ਬਿਲਕੁਲ ਕਿਉਂਕਿ ਰੋਜ਼ ਦਾ ਕੰਮ ਹੁੰਦਾ ਥੋੜਾ ਜਿਆਦਾ ਕੰਮ ਹੀ ਆ ਭਾਜੀ ਜਣ ਕੇ ਕਹਿ ਲਓ 4 ਘੰਟੇ ਦੀ ਤੇ ਅਲਿਸ਼ਾਂ ਸਮੇਂ ਦੀ ਆ ਮੈਂ ਦੱਸਣਾ ਚਾਹਣਾ ਸੋਰੀ ਥੋੜੀ ਜਿਹੀ ਗੱਲ ਟੋਕੇ ਸੋ ਜਿਨ੍ਹਾਂ ਦੀ ਉਮਰ 16 ਸਾਲ ਤੋਂ ਜ਼ਿਆਦਾ ਹੋ ਜਾਂਦੀ ਹੈ ਜਿੱਦਾਂ ਲਾ ਲਓ ਹੁਣ ਜਦੋਂ ਮੈਂ ਇਟਲੀ ਆਇਆ ਸੀਗਾ ਹਾਂ ਤੇ ਮੈਂ ਬਚਪਨ ਵਾਲੇ ਸਕੂਲ ਨਹੀਂ ਜਾ ਪਾਇਆ ਕਿਉਂਕਿ ਮੈਨੂੰ ਉਦੋਂ ਕੰਮ ਕਰਨਾ ਪਿਆ ਸੀਗਾ ਤੇ ਮੈਂ 16 ਸਾਲ 17 ਸਾਲ 18 ਸਾਲ ਦੀ ਉਮਰ 'ਚ ਕੰਮ ਕਰਦਾ ਸੀ ਤੇ ਮੈਂ ਲਿਸ਼ੈਂਸ ਅਮੇਦੀਆ ਕੋਰਸ ਕੀਤਾ ਜੀ ਇਹ ਤਕਰੀਬਨ ਤਿਰਸਾ ਮੇਦੀਆ ਦੇ ਬਰਾਬਰ ਹੀ ਹੁੰਦਾ ਕਿਉਂਕਿ ਦਿਨੇ ਜਿਹੜਾ ਕੋਰਸ ਕੀਤਾ ਜਾਏ ਉਹਨੂੰ ਤਿਰਸਾ ਮੇਦੀਆ ਕਹਿੰਦੇ ਨੇ ਤੇ ਜਿਹੜਾ ਸ਼ਾਮ ਨੂੰ ਜਾਂ ਇਵਨਿੰਗ ਕੋਰਸ ਹੋਣਾ ਪਤਾ ਨਹੀਂ ਤੁਹਾਡੇ ਸ਼ਾਮ ਦਾ ਹੈ ਕਿ ਦਿਨ ਦਾ ਹੈ ਸ਼ਾਮ ਦਾ ਸੀ ਸੇਰਾ ਵਾਲੇ ਸੀ ਸੋ ਜਿਹੜਾ ਲਿਸ਼ੈਂਸ ਅਮੇਦੀਆ ਹੈ ਉਹਦੀ ਅਹਿਮੀਅਤ ਇਟਲੀ ਅੰਦਰ 8ਵੀਂ ਕਲਾਸ ਦੀ ਹੈ। ਔਰ ਜਿੰਦੇ ਕੋ ਇੱਥੇ 8ਵੀਂ ਕਲਾਸ ਦਾ ਸਰਟੀਫਿਕੇਟ ਨਹੀਂ ਹੈਗਾ ਇਹਨਾਂ ਲੋਕਾਂ ਦੀ ਨਿਗਾਚ ਉਹ ਅਨਪੜਾ ਹੈ। ਮੰਨ ਲਓ ਇੱਥੇ ਨਾ ਜਿੱਦਾਂ ਹੁਣ ਆਪਣੇ ਇੰਡੀਆ ਕਹਿੰਦੇ ਨੇ میٹرਿਕ ਕੀਤੀ ਮੁੰਡੇ ਨੇ। ਹਾਂਜੀ ਬਾਜੀ। میٹرਿਕ 10ਵੀਂ ਕਲਾਸ ਹੋਗੀ। ਹਾਂਜੀ। ਇੱਥੇ ਤੁਹਾਡੇ ਕੋਲ ਤਿਰਸਾ ਮੈਦੀਆ ਦਾ ਕੋਰਸ ਹੋਣਾ ਜ਼ਰੂਰੀ ਆ। ਤੇ ਇਹ ਕੋਰਸ ਤੁਸੀਂ ਫਿਰ ਆਪਣੇ ਪਿੰਡ ਕੀਤਾ ਸੀ ਜਾਂ ਨਹੀਂ? ਨਹੀਂ ਭਾਜੀ ਨਾਲ ਦੇ ਪਿੰਡ ਜਿੱਦਾਂ ਕੱਲ ਤੁਹਾਨੂੰ ਦੱਸਿਆ 15 ਕਿਲੋਮੀਟਰ ਪੈ ਜਾਂਦਾ ਆ। ਓਕੇ। ਫਿਰ ਮੈਂ ਜਿੱਦਾਂ ਕਹ ਲਓ ਪਤਨ ਤੇ ਜਿੱਦਾਂ ਮੈਂ ਸਟਾਰਟ ਕੀਤਾ ਸੀ ਪਹਿਲਾਂ ਇੰਗਲਿਸ਼ ਦੇ ਵਿੱਚ ਕਰਨਾ ਓਕੇ ਥੈਨ ਫਿਰ ਮੇਰੇ ਜਿੱਦਾਂ ਬੇਟੀ ਹੋਣ ਵਾਲੀ ਹੋਗੀ ਫਿਰ ਉਹ ਵਿਚੇ ਹੀ ਰਹਿ ਗਿਆ ਮੇਰਾ ਫਿਰ ਮੈਂ ਪਤਨ ਤੇ 2010 11 ਤੱਕ ਇੰਗਲਿਸ਼ ਦੇ ਰਹੋ ਸੀਗਾ ਤਾਂ ਫਿਰ 2000 ਯਾਨੀ ਕਿ ਮੇਰੇ ਹਿਸਾਬ ਨਾਲ 13 ਦੇ ਵਿੱਚ ਜਦੋਂ ਇਹਨਾਂ ਨੇ ਬੰਦ ਕਰ ਦਿੱਤਾ ਜੀ 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 ਫਿਰ ਮੈਂ ਯਾਨੀ ਕਿ ਕਹ ਲਓ ਇਟਾਲੀਅਨ ਦੇ ਵਿੱਚ ਮੇਰੀ ਬੇਟੀ ਉਦੋਂ ਛੋਟੀ ਸੀਗੀ ਉਹਨੇ ਜਦੋਂ ਸੌ ਜਾਣਾ ਨਾ ਉਹਦੇ ਸੌਣ ਦਾ 2 ਘੰਟੇ ਫਿਰ ਮੈਂ ਆਪਣਾ ਪੜਦੀ ਹੁੰਦੀ ਸੀਗੀ 2.5 ਘੰਟੇ ਜਣਿਓ ਮੈਂ 6 ਮਹੀਨਿਆਂ ਦੇ ਵਿੱਚ ਆਪਣੀ ਤਿਆਰੀ ਕਰ ਲਈ ਸੀ ਜਣੀ ਵਿੱਚ ਗਈ ਮੈਨੂੰ ਕਹਿੰਦੇ ਨੇ ਤੇਤੋਂ ਪਤੰਤ ਨਹੀਂ ਹੋਣਾ ਹੈਗਾ ਤੇਤੋਂ ਨਹੀਂ ਹੋਣਾ ਕੋਈ ਮੋ ਕੁਝ ਕਹਿੰਦੇ ਨੇ ਲੋਕੀ ਤੇ ਵੀ ਕਹਿੰਦੇ ਨੇ ਵੀ ਪਰ ਫਿਰ ਮੈਂ ਕਰਕੇ ਦਿਖਾਇਆ ਉਹ ਵੀ ਘਰ ਬੈਠ ਕੇ ਤੇ ਜਦੋਂ ਤੁਸੀਂ ਕੋਰਸ ਕਰ ਲਿਆ ਤੇ ਹੁਣ ਆਪਣੇ ਕੰਮ ਬਾਰੇ ਦੱਸੋ ਵੀ ਤੁਸੀਂ ਹਾਊਸ ਵਾਈਫ ਹੋ ਜਾਂ ਕੰਮ ਕਰਦੇ ਹੋ ਨਹੀਂ ਭਾਜੀ ਮੈਂ ਕੰਮ ਕਰਦੀ ਹਾਂ ਮੈਨੂੰ 2.5 ਸਾਲ ਹੋ ਗਏ ਮੈਂ ਮਿੱਤਲ ਮਕੈਨਿਕਾ ਦਾ ਕੰਮ ਕਰਦੀ ਆ ਓਕੇ ਇਹ ਇਹਦੇ ਵਿੱਚ ਤੁਹਾਡੀ ਡਿਊਟੀ ਕੀ ਆ ਮਤਲਬ ਕਾ ਦਾ ਕੰਮ ਆ ਭਾਜੀ ਅਸੀਂ ਪ੍ਰੈਸਿਆਂ ਤੇ ਜਿੱਦਾਂ ਮਸ਼ੀਨਾਂ ਦੇ ਉੱਪਰ ਹੀ ਕੰਮ ਕਰਦੀਆਂ ਅੱਛਾ ਤੁਹਾਡੇ ਪੀਸ ਤਿਆਰ ਹੁੰਦੇ ਨੇ ਕਿ ਚੈੱਕ ਹੁੰਦੇ ਨੇ ਨਹੀਂ ਨਹੀਂ ਭਾਜੀ ਅਸੀਂ ਆਪ ਤਿਆਰ ਕਰਦੇ ਹਾਂ ਪੀਸ ਤਿਆਰ ਕਰਦੇ ਆ ਯਾਨੀ ਕਿ ਸਾਡੇ ਅਲੱਗ-ਅਲੱਗ ਡਿਊਟੀ ਆ ਸਾਰਿਆਂ ਦੀ ਉਹਨਾਂ ਨੂੰ ਕਿਸ ਤਰ੍ਹਾਂ ਦੇ ਪੀਸ ਬੰਦੇ ਨੇ ਮਾੜੇ ਦੱਸੋ ਜਿੱਦਾਂ ਗਲੂਕੋਜ਼ ਹੋ ਗਏ ਨਹੀਂ ਭਾਜੀ ਗਲੂਕੋਜ਼ ਨਹੀਂ ਜਿੱਦਾਂ ਡੈਂਟਿਸ ਦਾ ਜਿਹੜੇ ਟੂਟੀਆਂ ਬੱਤ ਦੇ ਨੇ ਦੰਦ ਦੰਦ ਸਾਫ ਕਰਨ ਨੂੰ ਉਹ ਵੀ ਬਣਦੀਆਂ ਨੇ ਚਿਰ ਹੋ ਗਿਆ ਇੱਥੇ ਲੱਗਿਆ ਨੂੰ ਭਾਈ ਮੈਨ 2.5 ਸਾਲ ਹੋ ਗਏ ਇੱਥੇ ਕੋੰਤਰ ਤੇ ਜਿਹੜੇ ਹੁਣ ਤੁਸੀਂ ਕੰਮ ਕਰਦੇ ਪਿਓ ਤੇ ਇੱਧਰ ਕਿਉਂ ਆਏ ਹੋ ਚੰਗਾ ਭਲਾ ਪਰਿਵਾਰ ਹੈਗਾ ਹਸਬੰਡ ਇੱਥੇ ਨੇ ਤੁਸੀਂ ਨੈਸਿਟੀ ਮਿਲ ਗਈ ਆ ਅੱਗੇ ਕਿਉਂ ਨਹੀਂ ਗਏ ਆਪਣੇ ਵਾਂਗੂ ਇੰਗਲੈਂਡ ਕਿਉਂ ਨਹੀਂ ਚਲੇ ਗਏ ਜਾਂ ਅਮਰੀਕਾ ਕਿਉਂ ਨਹੀਂ ਚਲੇ ਗਏ ਪਾਜੀ ਗਈ ਸੀ ਮੈਂ 2019 ਚ ਮੈਂ ਕੈਨੇਡਾ ਗਈ ਸੀ 2020 ਚ ਵਾਪਸ ਆ ਗਈ ਸਾਲ ਇਕਲਾ ਕੇ ਮੈਨੂੰ ਪਸੰਦ ਨਹੀਂ ਹੈ ਸਹੀ ਗੱਲ ਲੈਣਾ ਪਸੰਦ ਨਹੀਂ ਆਂਦਾ ਇੱਥੇ ਨਹੀਂ 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 ਇਟਲੀ ਚ ਜੋ ਯਾਨੀ ਕਿ ਵਿਦਾਊਟ ਸਟ्रेस ਲਾਈਫ ਹਨਾ ਸ਼ਾਂਤੀ ਇੱਥੇ ਥੋੜੀ ਡਿਪਰੈਸ਼ਨ ਬਹੁਤ ਆ ਯਾਨੀ ਕਿ ਇੱਥੇ ਜਿੱਦਾ ਘਰ ਹੈ ਜاہے ਘਰ ਛੋਟੇ ਆ ਅਸੀਂ ਅਪਾਰਟਮੈਂਟ ਚ ਰਹਨੇ ਪਰ ਬਹੁਤ ਖੁਸ਼ ਹੈ ਬਹੁਤ ਖੁਸ਼ ਤੇ ਬੱਚੇ ਕਿੰਨੇ ਤੁਹਾਡੇ ਫਾਦੀ ਮੇਰੇ ਦੋ ਬੱਚੇ ਨੇ ਬੇਟਾ ਮੇਰਾ ਜਣੀ ਅਕਤੂਬਰ ਚ 18 ਸਾਲਾਂ ਦਾ ਹੋ ਜਾਣਾ ਹੈ ਪੜਦੇ ਨੇ ਪੜਦੇ ਕਿਹੜਾ ਕੋਰਸ ਕਰਦੇ ਬੇਟਾ ਮੇਰਾ ਇਨਫੋਮਾਟਿਕਾ ਕਰਦਾ ਆ ਤਾਂ ਬੇਟੀ ਮੇਰੀ ਤੈਰਸਾ ਮੇਦੀ ਆ ਜੀ ਇਹਨਾਂ ਨੂੰ ਤੁਸੀਂ ਕਿਉਂ ਨਹੀਂ ਇੰਡੀਆ ਪੜਾਇਆ ਜਿੱਦਾਂ ਬਾਕੀ ਨੇ ਸੋਚ ਨਹੀਂ ਬੇ ਇੰਡੀਆ ਕਰ ਲੋ ਇੱਥੇ ਬੱਚੇ ਪੜਦੇ ਨਹੀਂ ਹੈ ਨਹੀਂ ਭਾਈ ਜੀ ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਜਾਨੀ ਕਿ ਮੇਰੀ ਵੀ ਪਹਿਲਾ ਸੋਚ ਇਹੀ ਸੀ ਕਿ ਇਹਨਾਂ ਨੂੰ ਇੰਗਲਿਸ਼ ਬਣਾਉਣੀ ਆ ਮੈਂ ਕੈਨੇਡਾ ਲੈ ਕੇ ਤੁਰ ਗਈ ਸੀ ਓਕੇ ਇਹ ਨਹੀਂ ਮੇਰੇ ਕੋ ਸਾਰਾ ਕੁਝ ਸਗਾ ਵਰਕ ਪਰਮਿਟ ਮੈਂ ਵਰਕ ਪਰਮਿਟ ਛੱਡ ਕੇ ਆਈ ਆ ਉੱਥੇ ਫਿਰ ਜਦੋਂ ਦੇਖਿਆ ਮੇਰੇ ਗੋਡੇ ਦੁਖਣੇ ਸ਼ੁਰੂ ਹੋ ਗਏ ਤਾਂ ਕੰਮ ਵੀ ਨਹੀਂ ਕਰ ਹੁੰਦਾ ਫਿਰ ਉੱਥੇ ਜਦੋਂ -32 ਡਿਗਰੀ ਜਿੱਦਾਂ ਟੈਂਪਰੇਚਰ ਹੁੰਦਾ ਸੀ ਕੈਲਗਰੀ ਚੜਗੇ ਅੱਪਰ ਸੀ ਹੋਰ ਟੈਂਪਰੇਚਰਸ ਰਹਨੇ تھے ਨਵਾ ਬਾਜੀ ਉੱਥੇ ਤਾਂ ਜਾਣੀ ਕਿ ਕਹ ਲੋ ਬਹੁਤ ਜ਼ਿਆਦਾ ਤੇ ਬੇਟਾ ਲੋ ਇਨਫਰਮਾਟਿਕਾ ਕਰਦਾ ਵੇ ਕਿਹੜਾ ਸਾਲ ਹੁੰਦਾ ਪੜਾਈ ਦਾ ਭਾਜੀ ਆ ਚੌਥਾ ਸਾਲ ਹੈ ਫਿਰ ਪੰਜਵਾਂ ਫਿਰ ਯੂਨੀਵਰਸਿਟੀ ਵੈਰੀ ਗੁੱਡ ਤੇ ਮਤਲਬ ਜਿਹੜੇ ਇਹ ਸੋਚਦੇ ਨੇ ਨਾ ਕਿ ਬੱਚੇ ਅਸੀਂ ਦੇਖੋ ਹੋਲੀ-ਵਲੀ ਸੋਚ ਬਦਲੇਗੀ ਨਾ ਹੁਣ ਮੇਰੇ ਨਾਲ ਜਦੋਂ ਅਕਸਰ ਮਾਪੇ ਮੈਨੂੰ ਮਿਲਦੇ ਨੇ ਆਪਣੇ ਬੱਚੇ ਮਲਾਉਂਦੇ ਨੇ ਮੈਂ ਕਹਿਣਾ ਹਾਂ ਨਾ ਜਿੰਨੇ ਕੁਝ ਕਰਨਾ ਹੈ ਉਹਨਾਂ ਨੇ ਇਟਲੀ ਜਾ ਕੇ ਬਹੁਤ ਕੁਝ ਕਰ ਲੈਣਾ ਹੈ ਤੁਸੀਂ ਮੰਨੋਗੇ ਸਾਲ ਇੱਕ ਮੈਂ ਲੈ ਗਈ ਜਦ ਕਿ ਉੱਥੇ ਮੇਰੀ ਕੁੜੀ ਨੂੰ ਇੰਗਲਿਸ਼ ਨਹੀਂ ਸੀ ਆਉਂਦੀ ਉਹਨਾਂ ਦੇ ਟੀਚਰ ਐ ਇੱਥੇ ਹੁਣ ਇੰਗਲਿਸ਼ ਉਹ ਬਹੁਤ ਸੋਹਣਾ ਦੋਨੇ ਜਣੇ ਬੋਲਦੇ ਨੇ ਬੋਡੀ ਵਧੀਆ ਬੋਲਦੇ ਨੇ ਇੱਥੇ ਕਹਿੰਦੇ ਨੇ ਇੰਗਲਿਸ਼ ਨਹੀਂ ਬੱਚਿਆਂ ਨੂੰ ਆਉਂਦੀ ਇਟਲੀ ਦੇ ਵਿੱਚ ਤੁਸੀਂ ਕਿਉਂ ਨਹੀਂ ਆਪਣੇ ਬੱਚੇ ਨੂੰ ਇੰਗਲਿਸ਼ ਸਿਵਾ ਸਕਦੇ ਚਾਰ ਬੰਦੇ ਆ ਜੋ ਖੜ ਕੇ ਗੱਲ ਕਰ ਸਕਦੇ ਨੇ ਮੇਰੇ ਨਾਲ ਕਈ ਐਸੇ ਪਰਿਵਾਰ ਜੁੜੇ ਹੋਏ ਨੇ ਜਿਨ੍ਹਾਂ ਦੇ ਬੱਚੇ ਇੱਥੇ ਜੰਪਲ ਨੇ ਹਾਂਜੀ ਇੰਨੀ ਸੋਹਣੀ ਪੰਜਾਬੀ ਇੰਨੀ ਸੋਹਣੀ ਟਾਲ ਇੰਨੀ ਸੋਹਣੀ ਅੰਗਰੇਜ਼ੀ ਬੋਲਦੇ ਨੇ ਹਾਂਜੀ ਆਈ ਫਿਰ ਗਲਤ ਆ ਇੱਥੇ ਕਿ ਅਸੀਂ ਬੱਚੇ ਇੰਡੀਆ ਪੜਾਈਏ ਇੰਗਲਿਸ਼ ਜੇ ਤੁਸੀਂ ਇੱਥੇ ਰਹਿਣ ਦਾ ਫੈਸਲਾ ਲਿੱਤਾ ਹੈ ਤੇ ਇਨ੍ਹਾਂ ਲੋਕਾਂ ਚ ਆਪਣੇ ਬੱਚੇ ਵਿਚਰਨ ਦੋ ਪੜਨ ਦੋ ਤੇ ਇਲਕਸ਼ ਮਤਲਬ ਰਾਜਨੀਤੀ ਵੱਲ ਕਿੱਦਾਂ ਆ ਗਏ ਰਾਜਨੀਤੀ ਵੱਲ ਭਾਜੀ ਇਦਾਂ ਸਗਾ ਜਿੱਦਾਂ ਕਹਿ ਲਓ ਮੇਰੀ ਜਿੱਦਾਂ ਉਦਾਂ ਨਹੀਂ ਮੇਰੀ ਪਛਾਣ ਜਿੱਦਾਂ ਮੇਰੇ ਫੁੱਫੜ ਜੀ ਨੇ ਜਿੱਦਾਂ ਕਰਾਈ ਸੀਗੀ ਜਿਹੜੇ ਇਹਨਾਂ ਦੇ ਵਿੱਚ ਪੀੜੀ ਦੇ ਵਿੱਚ ਸਾਡੇ ਨਾਲ ਹੀ ਜਿਹਦਾ ਅਸਸੋਰੀ ਖੜੇ ਆ ਜਿੱਦਾਂ ਵਿੱਚ ਉਹਨਾਂ ਨਾਲ ਘਰਾਈ ਸੀ ਤਾਂ ਜਿਹਦਾ ਉਹਨਾਂ ਨੇ ਤੁਹਾਡੇ ਕੋਫਰ ਜਿੱਥੇ ਲਾਗੇ ਦੇ ਨੇ ਤੁਹਾਡੇ ਦਸਤਾਲੇ ਆ ਉਹ ਵੀ ਖੜੇ ਨੇ ਉੱਥੋਂ ਜਿੱਦਾਂ ਕਹਿ ਲਓ ਵਾਂਤੀ ਗੁਸਤਾਲਾ ਵਲੋਂ ਖੜੇ ਨੇ ਓਕੇ ਉਹਨਾਂ ਨਾਲ ਜਿਹੜੇ ਕੋਈ ਕੌਂਸਿਲਰੇ ਖੜੇ ਨੇ ਹਾਂਜੀ ਉਹ ਵੀ ਕੌਂਸਿਲਰੇ ਖੜੇ ਨੇ ਫੋਨ ਤੇ ਦੋਨੋਂ ਕਮੂਨਿਆਂ ਚ ਫਿਰ ਬਣੇਗਾ ਤੁਹਾਡਾ ਰਾਜ ਦੇਖੋ ਹੁਣ ਮਹਾਰਾਜ ਕਰੇ ਬਾਕੀ ਇਹਨੇ ਤੁਹਾਨੂੰ ਦੱਸੋ ਹਨਾ ਬਾਕੀ ਜਦੋਂ ਪਰਮਾਤਮਾ ਨੇ ਤੁਹਾਨੂੰ ਜਾਨੀ ਕਿ ਕਹਿ ਲਓ ਇਹ ਚੀਜ਼ਾਂ ਦੇਣੀਆਂ ਨੇ ਹਨਾ ਉਹਨੇ ਆਪੇ ਹੀ ਦੇ ਦੇਣੀਆਂ ਤੁਸੀ ਜੋ ਜਦ ਤੱਕ ਦੌੜ ਹਰ ਹਵਾ ਵਾਲੀ ਆ ਜਾਣੀ ਹੈ ਹਾਂਜੀ ਮੈਂ ਕਹਿੰਦੀ ਜਿੱਥੇ ਤੱਕ ਮਰਜੀ ਦੌੜ ਲਾ ਦੋ ਪਰ ਜਦੋਂ ਮਹਾਰਾਜ ਦੀ ਤੁਹਾਡੇ ਤੇ ਨਾ ਪਰਮਾਤਮਾ ਦੀ ਅੱਖ ਹੋ ਗਈ ਫੇ ਸਭ ਕੁਛ ਈ ਬਾਜੀ ਜਿੰਨਾ ਤੁਸੀਂ ਦੌੜਨਾ ਨਾ ਨਾ ਤੁਹਾਡੇ ਪਿੱਛੇ ਹੁੰਦੀਆਂ ਚੀਜ਼ਾਂ ਦੌੜਨੀਆਂ ਜਣੀ ਮੈਂ ਇੰਨਾ ਦੇਖਿਆ ਆ ਦੇਖੋ ਇਹ ਤਾਂ ਮੈਂ ਪਰਖ ਹੀ ਹੋਇਆ ਯਾਰ ਜੋਧਕੁਰ ਜੀ ਇਹ ਵਾਲੀ ਨਾ ਇਹ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਕਿ ਜਣੀ ਮੈਂ ਇੰਨਾ ਚੀਜ਼ਾਂ ਤੋਂ ਇੰਨੀ ਹਾਂਜੀ ਜਣੀ ਮੈਂ ਜਣੀ ਇਹ ਪੰਜਾ ਛੇ ਮਹੀਨਿਆਂ ਦੇ ਵਿੱਚ ਜਣੀ ਕਿ ਮੈਂ ਇਹ ਚੀਜ਼ਾਂ ਜਣੀ ਖੁਦ ਨਾ ਹੁੰਦੀਆਂ ਦੇਖੀਆਂ ਆ ਕੀ ਰੱਬ ਹੈ ਹੈ ਜਾਨੀ ਉਹਨੇ ਹੋਣ ਦਾ ਆਪਣੇ ਹੋਣ ਦਾ ਜਾਨੀ ਕਿ ਮੈਂ 17 18 ਸਾਲ ਜਾਨੀ ਕਿ ਪਿੱਛੋਂ ਵੀ ਸੀਗਾ ਪਰ ਇਹਨਾਂ ਦਾ ਕਿਉਂਕਿ ਮੇਰੇ ਹਸਬੰਦ ਜਿੱਦਾਂ ਬਹੁਤ ਰੱਬ ਦੇ ਰਾਹ ਨੇ ਅਸੀਂ ਜਾਨੀ ਕਿ ਸਭ ਤੋਂ ਉਦੋਂ ਮੈਂ ਨਹੀਂਗਾ ਅਸੀਂ ਬਾਹਰ ਨਹੀਂ ਜਾਈਦਾ ਸਾਡੇ ਆ ਕਿ ਪੱਕਾ ਅਸੀਂ ਵਿਚਲੇ ਦਿਨਾਂ ਚ ਵੀ ਜਾਈਦਾ ਗੁਰੂਗਰ ਚਾਹੇ ਅਸੀਂ ਜਿੱਦਾਂ ਮਰਜੀ ਇਹਨਾਂ ਕੰਟਰੀਆਂ ਚ ਆ ਗਏ ਆ ਹਾਂਜੀ ਕਿਉਂਕਿ ਮੇਰਾ ਜਾਨੀ ਕਿ ਇਹੀ ਹਿਸਾਬ ਹੈ ਕਿਉਂਕਿ ਗੁਰੂ ਮਹਾਰਾਜ ਨੇ ਇੰਨੀ ਜਾਨੀ ਬਖਸ਼ੀ ਚ ਕੀਤੀ ਆ ਇਹ ਨਹੀਂ ਕਿ ਚਾਹੇ ਮੈਂ ਅੱਜ ਕੰਸੀਲੀਏ ਦੇ ਖੜ ਗਈ ਆ ਬਾਰੇ ਜਾਨੀ ਕਿ ਉਹ ਖੜਨ ਕਿ ਕਰਤਾ ਉਹਨੇ ਉਹਨੇ ਖੜਨ ਜੋ ਕਰਦੇ ਹਾਂ ਹਾਂ ਦੇਖ ਖੜਨ ਕਿਉਂਕਿ ਮੈਂ ਇੰਨੀ ਜੋਗੀ ਨਹੀਂ ਸੀ ਵੈਰੀ ਗੁੱਡ ਵੈਰੀ ਗੁੱਡ ਮੈਂ ਇੰਨੀ ਜੋਗੀ ਨਹੀਂ ਸੀ ਉਹ ਮਹਾਰਾਜ ਨੇ ਇੰਨੀ ਬਖਸ਼ੀ ਦੇਖੋ ਜਿਤਨਾ ਜਾਂ ਨਾ ਜਿਤਨਾ ਬਾਦੀ ਗੱਲ ਆ ਪਰ ਰਾਮ ਜਿੱਤੇ ਖੜਾ ਕਰਤਾ ਨਾ ਉਹ ਹੀ ਬੜੀ ਵੱਡੀ ਗੱਲ ਆ ਤੁਹਾਡੀ ਜਾਨੀ ਇਹ ਵਿਸ਼ਵਾਸ ਚਾਹੀਦਾ ਆ ਜਾਨੀ ਮੈਂ ਇਹਨਾਂ ਚੀਜ਼ਾਂ ਤੋਂ ਇੰਨਾ ਭੱਜਦੀ ਆ ਨਾ ਹੁਣ ਕਈ ਵੇਲੇ ਜਾਨੀ ਉਹ ਪਰਮਾਤਮਾ ਉਹ ਚੀਜ਼ਾਂ ਵੀ ਦੇਣ ਦੇ ਆ ਜਿਹਦੇ ਬਾਰੇ ਮੈਂ ਸੋਚਿਆ ਨਹੀਂ ਸੀ ਜਾਨੀ ਉਸੇ ਦਾ ਕਈ ਵਾਰ ਨਾ ਇਨਸਾਨ ਹੀ ਘੱਟ ਮੰਗਦਾ ਰੱਬ ਨੇ ਬਹੁਤ ਕੁਝ ਦੇਣਾ ਹੁੰਦਾ ਬਹੁਤ ਕੁਝ ਐਸੇ ਗਾਮੇ ਹਾਈਲਾਈਟਸ ਕਰ ਲਈ ਪਤਿੰਤੇ ਵੀ ਲੈ ਲਿਆ ਸਾਲ ਦੇ ਵਿੱਚ ਇਹਨਾਂ ਨੇ ਆ ਜਾਣਾ ਸੀ ਜੂਨ ਦੇ ਵਿੱਚ ਜਿੱਦਾਂ ਕਹ ਲੋ ਉੱਥੇ ਸਾਰਾ ਕੁਝ ਮੈਂ ਜਾਨੀ ਕਿ ਇੱਕਦਮ ਮਾਈਂਡ ਬਦਲ ਲਿਆ ਨਹੀਂ ਮੈਂ ਕਿਹਾ ਜੇ ਆਹੀ ਕੁਛ ਇੱਥੇ ਡਿਪਰੈਸ਼ਨ ਹੈ ਆ ਬੀਸ ਮਿੰਟਾਂ ਚ ਰਹਿ ਕੇ ਤਾਂ ਇਦਾਂ ਦੀ ਜ਼ਿੰਦਗੀ ਨੂੰ ਅਸੀਂ ਕੀ ਕਰਦੇ ਪੈਸੇ ਨੂੰ ਕੀ ਕਰਨਾ ਜਾਨੀ ਕਿ ਕਹ ਲੋ ਜੇ ਸਾਡੀ ਜ਼ਿੰਦਗੀ ਨਹੀਂ ਸੌਖੀ ਹੈਗੀ ਅਸੀਂ ਇੱਥੇ ਆ ਗਏ ਪਰ ਮੈਂ ਇਹ ਨਹੀਂ ਮਾਰਿਆ ਇਹਨੇ ਸਾਡੇ ਲਈ ਆ ਰੱਖਿਆ ਸੀ ਆ ਰੱਖਿਆ ਸੀ ਤੁਹਾਡੇ ਵਾਸਤੇ ਇੱਥੇ ਆ ਆ ਲਿਖਿਆ ਸੀ ਤੁਹਾਨੂੰ ਵਾਪਸ ਲੈ ਜਾਂਦਾ ਆ ਵੀ ਆਓ ਹਰਜੋਤਪੁਰ ਇਹ ਇਹ ਚੀਜ਼ਾਂ ਰੱਖੀਆਂ ਨੇ ਤੁਹਾਡੀ ਮੈਂ ਕਹਿ ਰਿਹਾ ਸੀਗਾ ਸਾਡੇ ਪਹਿਲਾਂ ਬਲਵਿੰਦਰ ਭਾਜੀ ਆਏ ਸੀ ਤੇ ਬਾਕੀ ਕੌਂਸਿਲਰ ਆਏ ਸੀ ਮੈਂ ਕਹਿੰਦਾ ਪਿਆ ਸੀਗਾ ਜਿੱਦਨ ਅਸੀਂ 50 60 ਕੌਂਸਿਲਰ ਹੋ ਗਏ ਤੇ ਅਗਲਾ ਸਟੈਪ ਸਿੰਧਕੋ ਬੰਦਾ ਹੈ 10 15 ਸਿੰਧਕੋ ਹੋ ਗਏ ਉਸ ਤੋਂ ਅਗਲਾ ਸਟੈਪ ਐਮ ਐਲ ਏ ਬੰਦਾ ਹੈ ਐਮ ਪੀ ਦਾ ਹੈ ਜਿਆਦਾ ਦੂਰ ਨਹੀਂ ਹੈਗਾ ਜਦੋਂ ਆਪਾਂ ਇਹਨਾਂ ਦੀ ਮੇਨ ਇਲੈਕਸ਼ਨਾਂ 'ਚ ਖੜੇ ਹੋਣਾ ਖੜੇ ਹੋਣਾ ਹਾਂਜੀ ਸੋ ਸ਼ੁਰੂਆਤ ਜ਼ਰੂਰੀ ਹੈ ਜਿੱਦਾਂ ਤੁਸੀਂ ਕੌਂਸਿਲਰ ਦੀ ਸ਼ੁਰੂਆਤ ਕੀਤੀ ਇਦਾਂ ਹੀ ਤੁਹਾਡੇ ਹਸਬੰਦ ਨੇ ਡੋਂਕੀ ਲਾ ਕੇ ਇੱਥੇ ਆਣ ਕੇ ਜੀਵਨ ਅੱਛਾ ਲੱਭਣ ਦੀ ਸ਼ੁਰੂਆਤ ਕੀਤੀ ਸੀਗੀ ਔਕੜਾਂ ਆndੀਆਂ ਨੇ ਸੰਘਰਸ਼ ਜੇ ਤੁਹਾਨੂੰ ਸਾਰੀਆਂ ਵੋਟਾਂ ਜਾਂ ਸਾਰੇ ਇਟਾਲੀਅਨ ਖੁਸ਼ੀ-ਖੁਸ਼ੀ ਲੈਣ ਪਰ ਸੰਘਰਸ਼ ਕਿੰਨੂੰ ਕਹਿੰਦੇ ਨੇ ਅੱਖਾਂ ਚਾਥਰੂ ਸਾਡੇ ਕਿਸੇ ਵਜਾ ਕਰਕੇ ਜਾਂਦੇ ਨੇ ਹਾਂ ਤੇ ਇਟਾਲੀਅਨਾਂ ਜਦੋਂ ਤੁਸੀਂ ਹੁਣ ਪ੍ਰਚਾਰ ਕਰਨ ਜਾਂਦੇ ਹੋ ਜਾਂ ਇਹਨਾਂ ਦਿਨਾਂ 'ਚ ਤੁਹਾਡੀ ਪਾਰਟੀ ਪ੍ਰਚਾਰ ਕਰਨੀ ਹੈ ਤੁਹਾਨੂੰ ਕਿੱਦਾਂ ਪੇਸ਼ ਕਰਦੇ ਨੇ ਅ ਤੁਹਾਡੇ ਬਾਰੇ ਕੀ ਦੱਸਦੇ ਨੇ ਕਿਉਂਕਿ ਮੈਨੂੰ ਅਗਰ ਪੇਸ਼ ਕਰਨਗੇ ਤੇ ਮੈਂ ਇੱਥੇ ਲੋਕਾਂ ਨੂੰ ਪੜ੍ਹਾਣਾ ਅ ਮੈਂ ਇੱਥੇ ਲੋਕਾਂ ਨੂੰ ਸਿਖਾਣਾ ਸਾਡੇ ਤੋਂ ਪਹਿਲੇ ਇੱਕ ਵੀਰ ਆਇਆ ਸੀਗਾ ਤੁਸੀਂ ਇੱਕ ਅੱਛੀ ਹਾਊਸ ਵਾਈਫ ਤੇ ਕੱਚੇ ਕੰਮ ਕਰ ਰਹੇ ਹੋ ਕਿਉਂਕਿ ਭਾਜੀ ਪਤਾ ਕੀ ਹੈ ਇਹਨਾਂ ਲੋਕਾਂ ਦੇ ਵਿੱਚ ਜਾਨੀ ਕਿ ਜਦੋਂ ਵੀ ਜਾਨੀ ਮੈਂ ਜਿੱਦਾਂ ਇਹ ਬੰਖੇਤੋਂ ਲਾਉਂਦੇ ਹਰੇਕ ਵੇਨਰ ਦੀ ਤਦੋਂ ਮੈਂ ਨਹੀਂ ਕਾ ਲਾਉਂਦੇ ਨੇ ਸਾਡੇ ਜਿਹੜੇ ਜਾਨੀ ਕਿ ਪਾਰਟੀ ਵਾਲੇ ਨੇ ਉੱਥੇ ਬੰਦੇ ਇਕੱਠੇ ਹੁੰਦੇ ਨੇ ਕੀ ਹੈ ਤੁਹਾਡੀਆਂ ਜਿਹੜੀਆਂ ਨੇ ਲੇਡੀਜ਼ ਆ ਉਹ ਤਾਂ ਜਾਨੀ ਕਿ ਬਸ ਇਹੀ ਕਹਿੰਦੀਆਂ ਨੇ ਕਿ ਕਾਜ਼ਾ ਲਿੰਗਾ ਨੇ ਜਾਨੀ ਕਿ ਘਰੇ ਹੀ ਹਾਊਸ ਵਾਈਫ ਆ ਨੇ ਜਾਨੀ ਕਿ ਉਹ ਮੈਨੂੰ ਇਦਾਂ ਕਰਦੇ ਆ ਕਰਜ ਕਰਦੇ ਨੇ ਕਿ ਤੂੰ ਜਾਨੀ ਬਹੁਤ ਵਧੀਆ ਕੀਤਾ ਜਿਹੜੀ ਤੂੰ ਘਰੋਂ ਫੇ ਮੈਂ ਉਹਨਾਂ ਨੂੰ ਕਹਿਣੀ ਹੁੰਦੀ ਆ ਕਿ ਨਹੀਂ ਸਾਰੀਆਂ ਨਹੀਂ ਹੈਗੀਆਂ ਇਦਾਂ ਤੁਹਾਡੀ ਸੋਚ ਇਦਾਂ ਦੀ ਆ ਇਦਾਂ ਦੀ ਆ ਕਿ ਮੈਂ ਜਾਨੀ ਕਿ ਕਹਿ ਲਉ ਸੀ ਹੁਣ ਮੈਂ ਕਿ ਇਸੇ ਕਰਕੇ ਤਾਂ ਮੈਂ ਖੜੀ ਆ ਮੈਂ ਕਿ ਹੁਣ ਜਿਹੜੀਆਂ ਹੈਗੀਆਂ ਵੀ ਉਹ ਵੀ ਕਰੋ ਮੈਂ ਕਿਹਾ ਹੁਣ ਕੱਢਣੀਆਂ ਐ ਅਸੀਂ ਬਾਹਰ ਹੁਣ ਲੈਂਗੁਏਜ ਦੇ ਸਕੂਲ ਅਸੀਂ ਘਲੋੜੇ ਨੇ ਅਸੀਂ ਕੀ ਕਰਦੇ ਹੋ ਮੈਂ ਇਹੀ ਸਵਾਲ ਮੇਰਾ ਸੀਗਾ ਤੁਸੀਂ ਚਲੋ ਖੜੇ ਹੋ ਗਏ ਹੋ ਠੀਕ ਆ ਹਾਂਜੀ ਬਾਜੀ ਤੁਹਾਨੂੰ ਲਿਸਟ ਨੇ ਚੁਣ ਲਿਆ ਤੁਹਾਡਾ ਚਿਹਰਾ ਉਹਨਾਂ ਨੇ ਮੂਹਰੇ ਲੈ ਕੇ ਆਂਦਾ ਆ ਆਪਣੇ ਲੋਕ ਤੁਹਾਨੂੰ ਵੋਟ ਕਿਉਂ ਪਾਣ ਆਪਣੇ ਲੋਕ ਇਸ ਕਰਕੇ ਕਿਉਂਕਿ ਸਾਡੀ ਇੰਡੀਅਨ ਖੜੀ ਹੋਈ ਆ ਜਾਂ ਕੁਝ ਉਹਨਾਂ ਲਈ ਸੋਚਿਆ ਵੀ ਹੈ ਕਰੰਦਾਂ ਨਹੀਂ ਬਾਜੀ ਸੋਚਿਆ ਜਰੂਰ ਕਰਾਂਗੇ ਯਾਨੀ ਕਿ ਕਹਿ ਲਓ ਹੁਣ ਸਾਡਾ ਬੰਡਾ ਯਾਨੀ ਕਿ ਕਹਿ ਲਓ ਇੱਕ ਕਮੂਨੇ ਚ ਬੈਠੂਗਾ ਜਦੋਂ ਅਸੀਂ ਹੁਣ ਕਮੂਨੇਿਆਂ ਚ ਜਾਈਦਾ ਅਸੀਂ ਸਾਡੀਆਂ ਕੁੜੀਆਂ ਨੂੰ ਪਤਾ ਕਿੰਨੀਆਂ ਪ੍ਰੋਬਲਮਾਂ ਆਉਂਦੀਆਂ ਕੁੜੀਆਂ ਨੂੰ ਵੀ ਕੀ ਮੁੰਡਿਆਂ ਨੂੰ ਵੀ ਕੀ ਯਾਨੀ ਕਿ ਕਹਿ ਲਓ ਸਾਡੇ ਜਿਹੜੀਆਂ ਮੋਹਰੇ ਬਿਠਾਈਆਂ ਨੇ ਇਦਾਂ ਯਾਨੀ ਕਿ ਪੈਂਦੀਆਂ ਨੇ ਇਹੀ ਗੱਲਾਂ ਮੈਂ ਆਪਣੀ ਪਾਰਟੀ ਨਾਲ ਕੀਤੀਆਂ ਸੀ ਕਿ ਸਾਨੂੰ ਜਿਹੜੇ ਮੋਹਰੇ ਬੈਠੀਆਂ ਨੇ ਉਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਯਾਨੀ ਇੰਨਾ ਮਾਣਨੇ ਆ ਨਾ ਕਿ ਉਹ ਯਾਨੀ ਕਿ ਕਿਉਂਕਿ ਸਾਨੂੰ ਤਾਂ ਬੋਲੀ ਆਉਂਦੀ ਹੈ ਜਦੋਂ ਦੇਖ ਲੈਂਦੀਆਂ ਨੇ ਕਿ ਇਹਨਾਂ ਨੂੰ ਬੋਲੀ ਆ ਨਹੀਂ ਫੇਰ ਤਾਂ ਚੁੱਪ ਕਰਕੇ ਉਹਨਾਂ ਦੇ ਜਦੋਂ ਬੋਲੀ ਨਹੀਂ ਆਉਂਦੀ ਹੈ ਨਾ ਫਿਰ ਤੁਸੀਂ ਦੇਖਿਓ ਜਾਨੀ ਕਿ ਕਹਿਣਾ ਨਹੀਂ ਨਹੀਂ ਇਹ ਤਾਂ ਗੱਲ ਮੰਨਣ ਵਾਲੀ ਆ ਕਿ ਫਿਰ ਇਹੀ ਚੀਜ਼ਾਂ ਦਾ ਸਿਸਧਾਰ ਲੈਣਾ ਹੈ ਜੇ ਅਸੀਂ ਕਹ ਲੂ ਜਾਨੀ ਕਿ ਕਹਿ ਲਓ ਫਿਰ ਇਦਾਂ ਨਹੀਂ ਕਰ ਸਕਦੀਆਂ ਨਾ ਕਿ ਫਿਰ ਜਾਨੀ ਕਿ ਕਹਿ ਲਓ ਤੁਸੀਂ ਜਾਨੀ ਕਿ ਮਾੜਾ ਵਿਵਹਾਰ ਕਰਦੀਆਂ ਨੇ ਅਸੀਂ ਆਪਣੀਆਂ ਕੁੜੀਆਂ ਲਈ ਇਹੀ ਗੱਲ ਹੈ ਕਿ ਤੁਸੀਂ ਬੋਲੀ ਸਿੱਖੋ ਪਹਿਲਾਂ ਜਾਨੀ ਕਿ ਇਹੀ ਮੇਰਾ ਮੇਨ ਸਗਾ ਕਿ ਕਿਉਂਕਿ ਸਾਡੇ ਹੁਣ ਬਨੀਓਲੋ ਦੇ ਵਿੱਚ 5 ਸਾਲ ਹੋ ਗਏ ਜਿਹੜੇ ਜਾਨੀ ਕਿ ਹੁਣ ਸਿੰਧੀ ਕੋ ਆ ਸਕੂਲ ਨਹੀਂ ਹੈਗਾ ਸਾਡੀਆਂ ਕੁੜੀਆਂ ਲਈ ਲਿੰਗਵਾ ਤਲਿਆਨ ਲਈ ਹਾਂਜੀ ਹੁਣ ਸਾਡੇ ਕੁੜੀਆਂ ਵਿੱਚ ਕਹੀ ਜਾਂਦੀਆਂ ਨੇ ਨਵਲਾਰੇ ओके ਟਿਕ ਟਲਾ ਕੇ ਰੋਜ਼ ਇਹਦੀ ਬਿਲੇਤ ਤੋਂ ਆਪਣੀ ਟ੍ਰੇਨੋਂ ਦੀ ਤਾਂ ਰੋਜ਼ ਤੁਸੀਂ ਇਹ ਵੀ ਦੇਖੋ ਰੋਜ਼ ਦਾ ਜਾਨੀ ਰੋਜ਼ ਜਾਂ 2-3 ਦਿਨ ਵੀ ਹਫ਼ਤੇ 'ਚ ਜਾਨੀਆਂ ਆਉਣ ਜਾਣ ਦਾ ਕਰਾਇਆ ਵੀ ਲੱਗਦਾ ਯਾਰ ਇਹ ਵੀ ਦੇਖੋ ਟਾਈਮ ਇਹ ਵੀ ਦੇਖੋ ਟਾਈਮ ਇਹ ਚੀਜ਼ਾਂ ਨੇ ਕਿ ਦਸੀਂ ਆਪਣੇ ਬਨੇਓਲੋ ਦੇ ਵਿੱਚ ਸਕੂਲ ਖਲਾਈ ਹੈ ਜੋ ਸਾਡੀਆਂ ਜਾਨੀ ਕਿ ਹਰੇਕ ਜਾਨੀ ਕਿ 5 ਸਾਲਾਂ ਦੇ ਵਿੱਚ ਤੁਸੀਂ ਆਉ ਨੂੰ ਆ ਦੂਏ ਬੀ ਦੂਏ ਤੱਕ ਤਾਂ ਪਹੁੰਚ ਸਕੋ ਜਾਨੀ ਹਰੇਕ ਸਾਲ ਤੋਂ ਸਾਡੇ ਥੋੜਾ ਪਤੋ ਤੁਸੀਂ ਗੱਲ ਕਰਨ ਜੋਗੀਆਂ ਤਾਂ ਹੋ ਜੋ ਜਾਨੀ ਕਿ ਤੁਹਾਡੇ ਕਮੂਨੇ ਵਿੱਚ ਜਿਹੜਾ ਇੰਡੀਅਨ ਹੋਵੇ ਇਟਾਲੀਨ ਦਾ ਆਪਸੀ ਮੇਲਮਲਾਪ ਕਿਦਾਂ ਦੇਖੋ ਹਰ ਕਮੂਨੇ ਦੀ ਜਿਹੜੀ ਜਿਹੜਾ ਆਪਸੀ ਭਾਈਚਾਰਾ ਹੁੰਦਾ ਨਾ ਉਹ ਡਿਪੈਂਡ ਕਰਦਾ ਆ ਉੱਥੇ ਰਹਿ ਰਹੇ ਲੋਕਾਂ ਤੇ ਤੁਹਾਡੇ ਇੰਟੀਗ੍ਰੇਸ਼ਨੇ ਹੈ ਕਿ ਹਜੇ ਘਟਾ ਮਤਲਬ ਆਪਸੀ ਮੇਲਮਲਾਪ ਘਟਿਆ ਬਾਜੀ ਸਾਡੇ ਕੋ ਕਾਫੀ ਘਟਿਆ ਮੇਰੇ ਸੋਚਣਾ ਮਤਲਬ ਕੁਝ ਹੀ ਲੋਕ ਮਿਲੇ ਨੇ ਨਾ ਕੁਝ ਹੀ ਬਾਜੀ ਕਿਉਂਕਿ ਹੁਣ ਜਿੱਦਾਂ ਪਿਛਲੇ ਅਸੀਂ 20 ਸਾਬਤ ਹੋ ਅਸੀਂ ਗਏ ਸੀ ਜਿੱਦਾਂ ਇਹਨਾਂ ਨੇ ਪ੍ਰੋਗਰਾਮ ਮੇਰੇ ਹਸਬੰਦ ਨੂੰ ਹੁਣੀ ਤਾਂ ਇਹਨਾਂ ਨਾਲ ਦੋਸਤਾਂ ਨੇ ਉਤੇ ਉਹ ਜਾਨੀ ਕਿ ਸਿੰਧੂ ਕੋ ਮੇਰੇ ਕੋ ਵੀਡੀਓ ਵੀ ਪਈਆਂ ਨੇ ਉਹ ਨਾਲ ਬੈਠੇ ਖਾਂਦੇ ਪਿੰਡਰ ਅਗਲੇ ਸਿੰਧੂ ਕੋ ਸੱਦੇ ਆ ਨਾਲ ਸਾਡੇ ਪੰਗੜਾ ਪਾਉਂਦੇ ਨੇ ਤੇ ਸਾਰਾ ਕੁਝ ਇੱਥੇ ਹਜੇ ਘੱਟ ਨਹੀਂ ਪਰ ਜਦੋਂ ਜਾਨੀ ਕਿ ਕਹਿ ਲਓ ਪੀੜੀ ਵਾਲੀ ਸੀ ਕਿ ਨਾ ਜਦੋਂ ਤਾਂ 5 ਸਾਲ ਪਹਿਲਾਂ ਸੀ ਜਦੋਂ ਉਹ ਪੀੜੀ ਦੀ ਸੀਗੀ ਸਿੰਧੇ ਘਰ ਜਿੱਦਾਂ ਗੱਲ ਪਾਉ ਲੋ ਸੀ ਪਾਲਾ ਸੀ ਉਹ ਜਿੱਦਾ ਸਹੀ ਸੀਗੀ ਉਹ ਥੋੜਾ ਕਰਦੀ ਸੀ ਜਿੱਦਾਂ ਗੱਲ ਉਹ ਹੈਗਾ ਸੀ ਉਹ ਪ੍ਰੋਗਰਾਮ ਵੀ ਸਾਡੇ ਇੰਡੀਅਨ ਹੁੰਦੇ ਪਰ ਆ 5 ਸਾਲਾਂ ਅਜੇ ਤੱਕ ਕੁਝ ਵੀ ਨਹੀਂ ਕਿਉਂ ਮੈਨੂੰ ਇਹਨਾਂ ਨੇ ਕੀ ਕੀ ਕੀਤਾ ਐਸਾ ਜਿਹੜਾ ਜੈਸਾ ਕਈ ਨਹੀਂ ਕੀਤਾ ਕੁਝ ਵੀ ਨਹੀਂ ਇਹ ਤਾਂ ਕੁਝ ਵੀ ਨਹੀਂ ਕੀਤਾ ਹੈਗਾ ਇਹ ਤਾਂ ਜਿਹੜਾ ਜਿਹੜਾ ਹੋਣੇ ਆ ਤਾਂ ਇਹ ਤਾਂ ਯਾਨੀ ਕੀ ਕਹ ਲਓ ਸੜਕਾਂ ਟੁੱਟੀਆਂ ਪਈਆਂ ਨੇ ਪਾਰਕਾਂ ਚ ਢਾਢ ਢਕਾ ਚੜੇ ਨੇ ਸਕੂਲਾਂ ਚ ਨਹੀਂ ਉਹਨਾਂ ਨੂੰ ਪਤਾ ਹੈਗਾ ਕਿ ਜਿੱਥੇ ਰੋਡ ਜਾਨਾ ਸਕੂਲਾਂ ਚ ਜਿਹੜੇ ਆਪਣੇ ਬੱਚਿਆਂ ਲਈ ਕੋਈ ਸ਼ਾਮ ਦਾ ਕੋਰਸ ਚਲਾਇਆ ਇਹਨਾਂ ਨੇ ਕਿ ਜਿਹੜੇ ਜਿਹੜੇ ਨਹੀਂ ਕੋਈ ਵੀ ਨਹੀਂ ਇਹ ਵੀ ਯਾਨੀ ਮੈਂ ਗੱਲ ਰੱਖੀ ਦੋਪੋ ਸਕੂਲਾਂ ਦੀ ਵੈਰੀ ਗੁੱਡ ਕਿਉਂਕਿ ਸਾਡੇ ਬੱਚਿਆਂ ਨੂੰ ਖੁਮਪਤੀ ਦੀ ਬੜੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਜੇਨੀਤੁਰ ਜਿੰਨੇ ਮਰਜੀ ਪੜੇ ਲਿਖੇ ਨੇ ਕੁੰਪਤੀ ਨਹੀਂ ਕਰਾ ਸਕਦੇ ਇਹੋ ਬਾਜੀ ਕਿਉਂਕਿ ਮੈਂ ਆਪਣੀ ਖੁਦ ਦੀ ਗੱਲ ਕਰਦੀ ਆ ਚਾਹੇ ਮੈਂ ਹੁਣ ਆਜੀ ਯਾਨੀ 5th ਕਲਾਸ ਤੱਕ ਤਾਂ ਮੈਂ ਪੜਾਉਂਦੀ ਰਹੀ ਆ ਆਪਣੇ ਬੱਚਿਆਂ ਨੂੰ ਜਦੋਂ 6th ਕਲਾਸ ਟਾਰਦੇ ਨਾ ਤਾਂ ਟਫ ਹੋ ਜਾਂਦਾ ਨਾ ਤੁਸੀਂ ਤਾਂ ਕੰਮ ਨਹੀਂ ਕਰ ਰਹੇ ਬਿਲਕੁਲ 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 ਸਾਡੇ ਲਈ ਦੇਖੋ ਤੁਸੀਂ ਤਾਂ ਫੇਰ ਬਾਅਦ ਚ ਆਏ ਹੋ ਨਾ ਤੁਸੀਂ ਤਾਂ ਇੱਥੇ ਆਣ ਕੇ ਆ ਉਹਨੋਂ ਆ ਦੂਏ ਵੀ ਉਹਨੋਂ ਕਿਤੇ ਆ ਜਿਹੜੇ ਇਟਾਲੀਅਨ ਖੁਦ ਲੋਕ ਨੇ ਇਹ ਵੀ ਆਪਣੇ ਬੱਚਿਆਂ ਨੂੰ ਨਹੀਂ ਕਰਾ ਪਾਉਂਦੇ ਕਿਉਂਕਿ ਉਹ ਸਿਲੇਬਸ ਹੀ ਵੱਖਰਾ ਆ। ਇਹੀ ਗੱਲ ਬਾਜੀ ਰੱਖੀ ਸੀਗੀ ਜਦੋਂ ਯਾਨੀ ਕਿ ਇਹਨਾਂ ਨੇ ਗੱਲ ਦੋ ਪੋਸਟ ਕੋਲਾ ਲਈ ਕਿ ਨੋਨੇ ਸੋਲੋ ਪੱਲਾ ਅਸਤਰਨੀਰੀ। ਇਹ ਪੱਲਾ Tutti beneolesi ਯਾਨੀ ਕਿ ਸਾਰਿਆਂ ਲਈ ਆ ਇਹ। ਇਹ ਸਿਰਫ ਅਸਤਰਨੀਰੀਆਂ ਲਈ ਨਹੀਂ ਹੈਗਾ। ਸਾਰਿਆਂ ਜਿਹੜੇ ਕੁਮੀ ਤਾਂ ਇੰਡਿਆ ਰੱਖਿਆ ਸੀਗਾ ਯਾਨੀ ਇਹ ਚੀਜ਼। ਤੇ ਤੁਹਾਡੇ ਉੱਥੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਆ ਅਕਸਰ ਆਪਣੇ ਨਗਰ ਕੀਰਤਨ ਨਿਕਲਦੇ ਨੇ। ਹਾਂਜੀ ਤੇ ਬਾਅਦ ਚੂਟਾਲ ਨੂੰ ਕਰਨ ਦੇ ਵਿਚਾਰਤਾਂ ਕਿੱਦਾਂ ਆ ਕਿ ਕੁਝ ਮਤਲਬ ਕਈ ਕਮਿਊਨਿਟੀ ਚ ਇਹ ਇਹ ਲੋਕ ਜਿਹੜੇ ਪਿਆਰ ਕਰਦੇ ਨੇ ਉਹ ਸ਼ਾਮਿਲ ਹੁੰਦੇ ਨੇ ਲੰਗਰ ਛਕਦੇ ਨੇ ਆਪਣੇ ਫਰੂਟ ਖਾ ਲੈਂਦੇ ਨੇ ਸਾਡੇ ਗੁਰੂ ਮਾਨਸਾਹਿਬ ਵੀ ਤੁਸੀਂ ਸਾਰਿਆਂ ਦਾ ਸਤਿਕਾਰ ਕਰੋ ਸਾਰਿਆਂ ਨੂੰ ਮੰਨ ਲੇਕਿਨ ਕਈ ਛੋਟੇ ਕਮਿਊਨਿਟੀ ਜਾਂ ਛੋਟੀ ਸੋਚ ਦੇ ਲੋਕ ਉਸੇ ਨਫ਼ਰਤ ਕਰਦੇ ਨੇ ਤੁਹਾਡੇ ਹੈ ਕੋਈ ਇਸ ਤਰ੍ਹਾਂ ਦਾ ਭਾਜੀ ਵਿੱਚ ਮੈਂ ਤੁਹਾਨੂੰ ਦੱਸਿਆ ਸਾਰੀ ਕਮਿਊਨਿਟੀਆਂ ਚ ਇਦਾਂ ਹੀ ਆ ਯਾਨੀ ਕਿ ਕਈ ਚੰਗੇ ਵੀ ਹੈਗੇ ਆ ਤਾਂ ਕਈ ਮਾੜੇ ਵੀ ਹੈਗੇ ਆ ਇਦਾਂ ਫੇ ਸਾਹਮਣੇ ਨਹੀਂ ਕਹਿਣ ਦੀ ਹਿੰਮਤ ਬਣੀ ਮੈਂ ਤੁਹਾਨੂੰ ਹੁਣ ਦੱਸਦੀ ਆ ਜਾਨੀ ਕਿ ਕਹਿ ਲਓ ਕੰਮ ਤੇ ਵੀ ਸਾਡੇ ਨਾਲ ਇਦਾਂ ਹੀ ਹੁੰਦਾ ਹੈ ਇਹੀ ਤੁਹਾਨੂੰ ਗੱਲ ਦੱਸੀ ਹੈ ਕਿ ਸਾਹਮਣੇ ਜਾਨੀ ਕਿ ਕਹਿ ਲਓ ਸਾਡੇ ਨਾਲ ਗੱਲ ਇਦਾਂ ਕਰਨੀ ਆ ਉਹਨਾਂ ਨੇ ਕਿ ਜਾਨੀ ਕਿ ਉਹ ਕਈ ਵੇਲੇ ਇਦਾਂ ਵੀ ਮਜ਼ਾਕ ਉਡਾਉਂਦੀਆਂ ਨੇ ਕਿ ਹਾਂ ਇਹਨਾਂ ਕੋ ਬਸ ਇਹ ਸਿਰਫ ਕਹਿੰਦੀਆਂ ਜਦ ਤੱਕ ਘਰ ਕੰਮ ਕਰਨਾ ਜਾਣਦੀਆਂ ਨੇ ਨਾ ਜਾਂ ਬੱਚੇ ਜਮਾਉਣਾ ਇਦਾਂ ਸਾਹਮਣੇ ਇੱਕ ਵਾਰੀ ਮੈਨੂੰ ਇਦਾਂ ਹੋਇਆ ਦਸੰਬਰ ਦੇ ਵਿੱਚ ਕਿਦਕਦ ਕਹਿੰਦੀ ਜਾਂ ਤਾਂ ਇਹ ਜਾਨੀ ਕਿ ਕੰਮ ਜਾਨੀ ਘਰ ਕਾ ਹਾਊਸ ਵਾਈਫ ਜਾਂ ਘਰ ਕੰਮ ਕਰਦੀ ਕੁਛ ਹੀ ਨਾਰੀਆਂ ਜਾਂ ਬੱਚੇ ਜਾਂ ਮਨੇ ਆ ਗੱਲ ਕੀਤੀ ਜੇ ਚਲੋ ਜੀ ਮੈਨੂੰ ਇੰਨਾ ਜਾਨੀ ਕਿ ਉਦੋਂ ਗੁੱਸਾ ਚੜਿਆ ਨਾ ਮੈਂ ਆਪਣਾ ਜੈਨ ਨੂੰ ਚੱਕਿਆ ਮੈਂ ਜਾਨੀ ਕਿ ਕਹਿ ਲਓ ਆ ਗਈ ਮੈਂ ਉਦੋਂ ਤਾਂ ਉਹਨੂੰ ਕੁਛ ਨਹੀਂ ਕਿਹਾ ਹਨਾ ਫਿਰ ਚਲੋ ਇਹ ਨਹੀਂ ਮੈਂ ਕਹਿੰਦੀ ਕਿ ਸਾਰੇ ਇਟਾਲੀਅਨ ਇੱਕੋ ਜਿਹੇ ਨੇ ਬਾਕੀ ਮੇਰੀਆਂ ਫਰੈਂਡਾਂ ਵੀ ਆ ਉਨਾਉ ਮੈਨੂੰ ਫੇ ਉਹ ਕਹਿੰਦੀ ਆ ਹਰਜੋਤ ਤੂੰ ਇਦਾਂ ਨਾ ਕਰ ਕਹਿੰਦੀ ਤੈਨੂੰ ਪਤਾ ਉਹਨਾਂ ਦੀਆਂ ਜਿਹੜੀ ਉਹ ਇੱਕ ਦੋ ਪਰਸੋਣੇ ਆ ਜਿਹੜੀ ਉਹਨਾਂ ਦੀ ਮੰਤਲਤਾ ਇਦਾਂ ਦੀ ਆ ਬਿਲਕੁਲ ਕੁਝ ਨੈਗੇਟਿਵ ਲੋਗ ਹੁੰਦੇ ਨੇ ਫੇ ਮੁੜ ਕੇ ਚਲੋ ਠੀਕ ਆ ਉਹਨਾਂ ਨੂੰ ਮੈਂ ਨਹੀਂ ਬੁਲਾਇਆ ਮੈਂ ਉਹਨਾਂ ਨੂੰ ਜਿੱਦਾਂ ਕਹ ਲਾ ਫੇ ਮੈਨੂੰ ਪੁੱਛਿਆ ਹਰਜੋਤ ਤੂੰ ਕਿਉਂ ਨਹੀਂ ਬੁਲਾਉਂਦੀ ਫੇ ਉਹ ਜਣੇ ਉਹ ਜਣੀ ਕੁੜੀਆਂ ਨੂੰ ਫੇ ਮੈਂ ਇੰਨਾ ਝਾੜਿਆ ਨਾ ਮੈਂ ਕਿ ਤੁਸੀਂ ਆ ਸੋਚ ਰਹੀਆਂ ਐ ਸਾਡੇ ਬਾਰੇ ਮੈਂ ਮੈਂ ਕਿ ਫੇ ਮੈਂ ਕਿ ਮੇਰੇ ਤਾਂ ਦੁਏ ਫੀਲ ਹੀ ਆ ਮੈਂ ਕਿ ਮੈਂ ਕਾ ਤੁਹਾਡੇ ਵੀ ਹੈਗੇ ਆ ਮੈਂ ਕਾ ਕਈਆਂ ਦੇ ਤਿੰਨ ਤਿੰਨ ਚਾਰ ਚਾਰ ਫੀਲੀ ਆ ਮੈਂ ਕਾ ਬਿਲਕੁਲ ਬਿਲਕੁਲ ਇਹ ਥੋੜੀ ਆ ਮੈਂ ਕਾ ਤੁਸੀਂ ਯਾਨੀ ਕਿ ਇਦਾਂ ਮੈਂ ਕਾ ਬਲ ਤਾਂ ਤੁਸੀਂ ਕਹਿ ਹੀ ਨਹੀਂ ਸਕਦੀਆਂ ਇਦਾਂ ਮੈਂ ਕਾ ਤੁਹਾਨੂੰ ਦਿੱਤੋ ਕਿਨੇ ਦਿੱਤਾ ਤੁਹਾਨੂੰ ਇਹ ਕਹਿਣ ਦਾ ਭਾਜੀ ਇਹ ਮੁੜ ਕੇ ਫੇ ਮੈਂ ਆਪਣੇ ਅਫੀਸ ਅਫੀਸੋ ਚ ਵੀ ਗੱਲ ਕੀਤੀ ਆ ਫਿਰ ਯਾਨੀ ਕਿ ਕਹਿ ਲਓ ਉਹਨਾਂ ਨੇ ਮੈਨੂੰ ਇਹੀ ਕਿਹਾ ਯਾਨੀ ਕਿ ਕਹਿੰਦੇ ਸਾਨੂੰ ਪਤਾ ਆ ਕਿਹੜੇ ਪਰਸੋ ਨੇ ਯਾਨੀ ਕਿ ਹਰਜੋਤ ਤੂੰ ਇਦਾਂ ਨੇ ਕਿਉਂ ਕਿ ਮੈਂ ਕੁੜੀ ਕੱਲੀ ਅਸਤਰ ਨੇਰਾ ਆ ਉੱਥੇ ਜਿਹਦਾ ਕੰਟਰੈਕਟ ਅਫੀਸੋ ਦਾ ਹੂੰ ਕੁੜੀ ਇੱਕ ਹੋਰ ਹੈਗੀ ਇੰਡੀਅਨ ਜਿਹੜੀ ਯਾਨੀ ਕਿ ਪਰਿੰਦੀ ਸਤਾਤੋ ਆ ਪਰ ਚਲੋ ਪਰਿੰਦੀ ਸਤਾਤੋ ਲੈ ਕੇ ਮੁੜ ਗਏ ਮੈਂ ਹੀ ਕੁੜੀ ਗੱਲੀ ਅਸਤਰਨੀ ਨਾ ਬਾਕੀ ਸਾਰੇ ਇਟਾਲੀਅਨਾਂ ਦੇ ਵਿੱਚ ਮੈਂ ਗੱਲੀ ਕੁੜੀ ਆ ਜਿਹੜੀ ਕੰਮ ਕਰਦਾ ਬੜਾ ਔਖਾ ਲੋਕਾਂ 'ਚ ਵਿਚਰਨਾ ਕੰਮ ਕਰਨਾ ਚਲੋ 네ਗੇਟਿਵ ਪੋਜ਼ਿਟਿਵ ਵਲੋਗ ਹੁੰਦੇ ਨੇ ਸਾਡੇ ਨਾਲ ਬੀਤੇ ਦਿਨਾਂ 'ਚ ਅਸੀਂ ਇੱਕ ਕਿਉਂਕਿ ਕੰਮ ਕਰਕੇ ਦਿੱਤਾ ਹੈ ਬਿਲਕੁਲ ਬਿਲਕੁਲ ਤੁਸੀਂ ਮਿਹਨਤ ਕੀਤੀ ਹੈ ਦਿਖਾਇਆ ਹੈ ਅਸੀਂ ਇੱਕ ਜਗ੍ਹਾ ਗਏ ਤੇ ਉੱਥੇ ਇੱਕ ਇਟਾਲੀਨ ਇਹਨਾਂ ਇਸੇ ਟੌਪਿਕ ਦੀ ਗੱਲ ਚੱਲਦੀ ਪਈ ਹੈ ਵੀ ਸਾਡੇ ਇੰਡੀਅਨ ਨਾ ਹੁਣ ਕੌਨਸੀ ਜਿਹੜੇ ਕਾਫੀ ਖੜੇ ਹੋ ਹਰ ਕਮਿਊਨਿਟੀ ਖੜੇ ਹੋਏ ਨੇ ਤੇ ਮੈਂ ਮੈਨੂੰ ਕਹਿੰਦਾ ਜਾਂਦਾ ਯਾਰ ਵੀ ਵੀ ਮੈਂ ਕਹਿੰਦਾ ਮੈਂ ਵੋਟ ਪਾ ਨਹੀਂ ਜਾਣਾ ਹਾਂਜੀ ਕਹਿੰਦਾ ਮੈਂ ਉਸ ਲਿਸਟ ਨੂੰ ਨਹੀਂ ਵੋਟ ਨਹੀਂ ਪਾਣੀ ਜਿਨ੍ਹਾਂ ਨੇ ਆਪਣੇ ਲਿਸਟ ਵਿੱਚ ਕੋਈ ਇੰਡੀਅਨ ਖੜਾ ਕੀਤਾ ਆ ਜਿਨ੍ਹਾਂ ਦੀ ਛੋਟੀ ਸੋਚ ਹੁੰਦੀ ਨਾ ਤੇ ਮੈਂ ਕਿਹਾ ਕਿਉਂ ਕਹਿੰਦਾ ਵੀ ਮਨ ਲੋ ਹੁਣ ਜਿਹੜੇ ਸਾਡੇ ਲਈ ਹੁਣ ਤੱਕ ਦਿਹਾੜੀਆਂ ਲਾਂਦੇ ਸੀ ਹੁਣ ਸਾਡੇ ਉੱਪਰ ਬੈਠਣਗੇ ਮੈਂ ਫਿਰ ਉਹਨੂੰ ਨਾ ਥੋੜਾ ਤਰਕ ਨਾਲ ਜਵਾਬ ਦਿੱਤਾ ਮੈਂ ਕਿਹਾ ਵੀ ਜਿਹੜਾ ਤੇਰੀ ਫੈਕਟਰੀ ਆ ਤੇ ਫੈਕਟਰੀ ਦੇ ਬੰਦੇ ਕੋਣ ਕਰਦੇ ਨੇ ਕਹਿੰਦਾ ਵੀ 10 ਇੰਡੀਅਨ ਨੇ 2 ਇਟਾਲੀਅਨ ਨੇ ਅੱਛਾ ਤੇਰੇ ਦੋ ਤਿੰਨ ਘਰ ਨੇ ਘਰ ਕਿਰਾਇਆ ਕਿਹਨੂੰ ਦਿੱਤੇ ਨੇ ਇੰਡੀਅਨ ਨੂੰ ਦਿੱਤੇ ਹੋਏ ਨੇ ਜੇ ਤੂੰ ਜਰਦੀ ਨੂੰ ਸਾਫ਼ ਕਰਾਣੀ ਹੁੰਦੀ ਆ ਤੂੰ ਇੰਡੀਅਨ ਨੂੰ ਬੁਲਾਣਾ ਹੈ ਜੇ ਤੇਰੇ ਬੱਚਿਆਂ ਦੇ ਸਕੂਲ ਦੇ ਅਮੀਚੀ ਜਿਹੜੇ ਦੋਸਤ ਨੇ ਉਹ ਇੰਡੀਅਨ ਨੇ ਤੇ ਕੀ ਇੰਡੀਅਨ ਲੋਕ ਪੋਲਿਟਿਸ਼ੀਅਨ ਚ ਨਹੀਂ ਆ ਸਕਦੇ ਨਹੀਂ ਆ ਸਕਦੇ ਮੈਂ ਕਿਉਂ ਨਹੀਂ ਆ ਸਕਦੇ ਦੱਸ ਵੀ ਸਾਡੀ ਇਹ ਕਿੱਥੇ ਲਿਖਿਆ ਕਿ ਅਸੀਂ ਸਿਰਫ ਦਿਹਾੜੀਆਂ ਲੈਣ ਆਏ ਆ ਇੱਥੇ ਜੇ ਅੱਜ ਰੱਬ ਨੇ ਸਾਨੂੰ ਮੌਕਾ ਦਿੱਤਾ ਆ ਸਾਨੂੰ ਪਾਵਰ ਦਿੱਤੀ ਆ ਤੇ ਅਸੀਂ ਇੱਥੇ ਵੀ ਕੈਂਡੀਡੇਟ ਹੋਵਾਂਗੇ ਜਿੱਤਾਂਗੇ ਵੀ ਔਰ ਤੁਹਾਨੂੰ ਸਿਖਾਵਾਂਗੇ ਵੀ ਕਿ ਅਸੀਂ ਵੀ ਕਿੱਦਾਂ ਮੰਨ ਲਓ ਰਾਜਨੀਤਿਕ ਤੌਰ ਤੇ ਤੁਹਾਨੂੰ ਸਿਖਾ ਸਕਦੇ ਆ ਸੋ ਹਰ ਗੱਲ ਆਪਾਂ ਤਰਕਣਾ ਕਰਦੇ ਆ ਹਰਜੋਤ ਕੋ ਜੀ ਤੁਸੀਂ ਇਲੈਕਸ਼ਨਾਂ 'ਚ ਖੜੇ ਹੋ ਗਏ ਹੋ ਤੇ ਸਾਥ ਘਰ ਦਾ ਜ਼ਰੂਰੀ ਹੈ ਸੋ ਕੌਣ ਕੌਣ ਸਾਥ ਦੇ ਰਿਹਾ ਆ ਦਿਲੋਂ ਹਾਂਜੀ ਭਾਜੀ ਘਰ ਵੱਲੋਂ ਤੋਂ ਬਹੁਤ ਸਪੋਰਟ ਹੈ ਜਿੱਦਾਂ ਕਹਿੰਦੇ ਮੇਰੇ ਸਹੁਰਾ ਸਾਹਿਬ ਬਹੁਤ ਜਿੱਦਾਂ ਮੈਨੂੰ ਸਪੋਰਟ ਕਰਦੇ ਨੇ ਉਹ ਬਹੁਤ ਖੁਸ਼ ਹੁੰਦੇ ਨੇ ਇਹਨਾਂ ਗੱਲਾਂ ਤੋਂ ਜਿੱਦਾਂ ਕਹ ਲੋ ਜਿੱਥੇ ਸਾਡੀ ਨੌ ਖੜੀ ਐ ਉਹਨਾਂ ਨੂੰ ਵੀ ਬਹੁਤ ਇੰਟਰਸਟ ਐ ਪੋਲਿਟਿਕਸ ਵਿੱਚ ਪਰ ਉਹ ਬਹੁਤ ਸਪੋਰਟ ਕਰਦੇ ਨੇ ਉਹ ਜਿੱਦਾਂ ਕਹ ਲੋ ਇਦਾਂ ਨਹੀਂ ਉਹਨਾਂ ਨੇ ਗਦੀ ਸੋਹਰੇ ਵਾਂਗੂ ਨਹੀਂ ਟ੍ਰੀਟ ਕੀਤਾ ਪਰ ਮੈਂ ਵੀ ਐਜ਼ ਅ ਫਾਦਰ ਮੰਗੋ ਉਹਨਾਂ ਨੇ ਟ੍ਰੀਟ ਕਰਦੀ ਪਿੰਡ 'ਚ ਵੋਟਾਂ ਮੰਗਣ ਜਾ ਰਹੇ ਹੋ ਹਾਂਜੀ ਬਾਜੀ ਜਾਣੀ ਆ ਵੋਟ ਤੁਹਾਡੇ ਜਿਹੜੇ ਇੰਡੀਅਨ ਪਰਿਵਾਰ ਨੇ ਮਤਲਬ ਪਿੰਡ ਖਿਲ ਰਿਹਾ ਕਿ ਇਕੱਠਾ ਇੱਕੋ ਜਗ੍ਹਾ ਹੈ ਕਿਉਂ ਕਈ ਨਿਕਨੇ ਕਿਉਂ ਨਹੀਂ ਫਰਸਿਓ ਨੇ ਹੁੰਦੇ ਨੇ ਬਾਜੀ ਹੈਗੀ ਆ ਫਰਸਿਓ ਨੇ ਵੀ ਪਰ ਫਰਸਿਓ ਨੇ ਜਿੱਦਾਂ ਆਪਣੇ ਇੰਡੀਅਨ ਬੰਦੇ ਘਟ ਨੇ ਸਾਡੇ ਪਿੰਡ ਜਿਹੀ ਜ਼ਿਆਦਾ ਨਹੀਂ ਜਿੱਦਾਂ ਕਹ ਲਓ ਮੈਂ ਤਕਰੀਬਨ ਆਪਣੇ ਇੰਡੀਅਨ ਬੰਦਿਆਂ ਦੇ ਸਾਰਿਆਂ ਦੇ ਜਏ ਹੁਣ ਥੋੜੇ ਘਰ ਰਹਿ ਗਏ ਨੇ ਹੁਣ ਮੇਰਾ ਸੋਮਵਾਰ ਹੁਣ ਪਹਿਲਾਂ ਗੇੜਾ ਮਾਰ ਲਓ ਫਿਰ ਡੱਬੇ ਉੰਡਣ ਜਾਓ ਜਿੱਤ ਕੇ ਹਾਂਜੀ ਬਾਜੀ ਫਿਰ ਜਾਣਾ ਹੈ ਜਰੂਰ ਸਾਰਿਆਂ ਦੇ ਦੇਣੇ ਨੇ ਹਨਾ ਡੱਬੇ ਦਾ ਆ ਤੇ ਲਾਸਟ ਮੈਸੇਜ ਉਹਨਾਂ ਨੂੰ ਜਿਨ੍ਹਾਂ ਦੇ ਪਰਿਵਾਰ ਇੱਥੇ ਨੇ ਬੱਚੇ ਛੋਟੇ ਨੇ ਕਿਉਂਕਿ ਤੁਸੀਂ ਇੱਕ ਮਮੋ ਇੱਕ ਮਾਤਾ ਹੋ ਆਪਣੇ ਬੱਚੇ ਪੜਾਏ ਨੇ ਪਹਿਲਾ ਮੈਸੇਜ ਉਹਨਾਂ ਨੂੰ ਦੋ ਕਿਉਂਕਿ ਆਪਾਂ ਕੱਲੀ ਰਾਜਨੀਤਿਕ ਗੱਲ ਨਹੀਂ ਕਰਨੀ ਆਪਾਂ ਇੱਕ ਬੱਚਿਆਂ ਦੀ ਗੱਲ ਵੀ ਕਰਨੀ ਕਿਉਂਕਿ ਇਸ ਪ੍ਰੋਗਰਾਮ ਦਾ ਮੇਨ ਮਕਸਦ ਹੈ ਕਿ ਤੁਹਾਡੇ ذریعے ਜਾਂ ਜਿਹੜੇ ਮੇਕੋ ਇਸ ਪ੍ਰੋਗਰਾਮ ਚਾਹੁੰਦੇ ਨੇ ਉਹ ਬੱਚਿਆਂ ਨੂੰ ਕਿਹੜੀ ਪੜ੍ਹਾਈ ਕਰਾਣ ਕਿ ਬੱਚੇ ਆਪਣਾ ਫਿਊਚਰ ਬ੍ਰਾਈਟ ਕਰ ਸਕਣ ਹਾਂਜੀ ਭਾਜੀ ਮੈਂ ਇਹੀ ਜਾਨਕੀ ਸਾਰੀਆਂ ਮੰਮੀਆਂ ਨੂੰ ਜਾਨੀ ਮਮਸ ਨੂੰ ਇਹੀ ਗੱਲ ਕਹਿਣਾ ਚਾਹੂੰਗੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਾਨੀ ਕਿ ਕਹਿ ਲੋ ਉਹਨਾਂ ਨੂੰ ਇਹ ਪੜਾਈ ਜਾਨੀ ਕਿ ਕਹ ਲਓ ਉਹਨਾਂ ਨੂੰ ਆਪਣੇ ਆਪ ਛੇਲੇ ਦੇ ਕਰਨ ਜੋ ਜੋ ਉਹ ਕਰਨਾ ਚਾਹੁੰਦੇ ਬੱਚਿਆਂ ਨੂੰ ਠੱਕਾ ਇਹ ਠੱਕਾ ਨਾ ਕਰੋ ਕਿਉਂਕਿ ਬੱਚੇ ਨੂੰ ਜਦੋਂ ਸੀ ਠੱਕਾ ਕਰਾਂਗੇ ਨਾ ਫਿਰ ਬੱਚੇ ਨੇ ਪੜਨਾ ਨਹੀਂ ਹੈਗਾ ਉਹਨਾਂ ਨੂੰ ਕੋਰਸ ਜਾਨੀ ਕਿ ਉੱਦਾਂ ਮੈਂ ਤੁਹਾਨੂੰ ਜਾਨੀ ਕਿ ਐਜ਼ ਅ ਦੱਸ ਦੰਨੀ ਆ ਕਿ ਸਾਰਿਆਂ ਨਾਲੋਂ ਜਾਨੀ ਵਧੀਆ ਕੋਰਸ ਉੱਦਾਂ ਤਾਂ ਲਿਚਿਓ ਉਹਦੇ ਵੀ ਆ ਪਰ ਚਲੋ ਲਿਚਿਓ ਜਿੱਦਾਂ ਕਹਿੰਦੇ ਬਹੁਤ ਅਲਤੋ ਹੋ ਜਾਂਦੇ ਨੇ ਜਿੱਦਾਂ ਮੇਰੇ ਬੇਟੇ ਨੇ ਵੀ ਪਹਿਲਾਂ ਲਿਚਿਓ ਸੈਂਟੀਫਿਕੋ ਰੱਖਿਆ ਸੀ ਦੇ ਵਿੱਚ ਫਿਰ ਅਸੀਂ ਜੋ ਮਰਜੀ ਸ਼ੇਲਰ ਦਾ ਇੰਜੀਨੀਅਰ ਬਣ ਸਕਦੇ ਆ ਡਾਕਟਰ ਬਣ ਸਕਦੇ ਆ ਜੋ ਮਰਜੀ ਯਾਨੀ ਕਿ ਹੁਣ ਉਹਨੇ ਇਨਫੋਮਾਟਿਕਾ ਰੱਖਿਆ ਇਨਫੋਮਾਟਿਕਾ ਚ ਆਈਟੀ ਚ ਬੜਾ ਸਕੋਪ ਆ ਜਿੱਥੇ ਮਰਜੀ ਤੁਸੀਂ ਚਲੇ ਜਾਓ ਕਿਉਂਕਿ ਸਾਡੀ ਹੁਣ ਯਾਨੀ ਅਗਲੀ ਜਿਹੜਾ ਸਾਡਾ ਫਿਊਚਰ ਹੈ ਉਹ ਆਈਟੀ ਦੇ ਜਾਈਏ ਬਿਲਕੁਲ 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 ਕਾਫੀ ਹੈ ਜਿੱਦਾਂ ਗੱਲ ਜਿਹੜੀ ਯਾਨੀ ਕਿ ਕਹਿ ਲਓ ਕੁੜੀਆਂ ਵਾਸਤੇ ਆ ਤੁਸੀਂ ਯਾਨੀ ਕਿ ਇੱਕ ਇਕਨੋਮੀ ਆ ਯਾਨੀ ਸ਼ੇਲਰ ਇਹ ਕਹ ਲਓ ਬੱਚਿਆਂ ਵਾਸਤੇ ਜਿਹੜੀ ਕੁੜੀਆਂ ਵਾਸਤੇ ਹੈ ਮੇਰੀ ਗੱਲ ਠੀਕ ਹੈ ਤੇ ਜਦੋਂ ਇਹ ਬੱਚੇ ਤੁਹਾਡੇ ਸਕੂਲ ਜਾਂਦੇ ਨੇ ਕਾਰਨ ਕਿ ਹੋਮਵਰਕ ਕਰਦੇ ਨੇ ਉਹਨਾਂ ਨੂੰ ਡਿਫਿਕਲਟ ਆਉਂਦੀ ਆ ਹਾਂਜੀ ਭਾਜੀ ਜਿੱਦਾਂ بیٹے ਨੂੰ ਮੇਰੇ ਨੂੰ ਘਟ ਆਉਂਦੀ ਆ ਕਿਉਂਕਿ ਉਹ ਇੰਟੈਲੀਜੈਂਟ ਹੈ ਬੇਟੀ ਨੂੰ ਆਉਂਦੀ ਆ ਤਾਂ ਫਿਰ ਉਹ ਮੇਰਾ ਬੇਟਾ ਹੈਲਪ ਕਰਾਉਂਦਾ ਹੈ ਤੇ ਦੋਪਸਕੋਲਾ ਵਾਸਤੇ ਕੋਈ ਰੱਖਿਆ ਹੋਇਆ ਨੋਟਿਫਿਕੇਸ਼ਨ ਰੈਸ਼ਨ ਪੜਾਉਣਾ ਨਹੀਂ ਭਾਜੀ ਅੱਜ ਤੱਕ ਨਹੀਂ ਲੋਡ ਪਈ ਹੈਗੀ ਬੇਟੀ ਮੇਰੀ ਨੂੰ ਜਿੱਦਾਂ ਮੈਂ ਕੈਨੇਡਾ ਤੋਂ ਵਾਪਸ ਆਈ ਸੀ ਉਦੋਂ ਜ਼ਰੂਰ ਸੀ ਦੋਪਸਕ ਕਿਉਂਕਿ ਉਹਨੂੰ ਇਟਾਲੀਅਨ ਚ ਪ੍ਰੋਬਲਮ ਆਉਂਦੀ ਸੀਗੀ ਓਕੇ ਇਹ ਜਿੱਦਾਂ ਆਪਣੇ ਆ ਜਿਹੜੀ ਆਪਣੀ ਗ੍ਰਾਮਰ ਹੀ ਕਹਿ ਲੈਂਦੇ ਹੁਣ ਗ੍ਰਾਮਰ ਆਪਣੀ ਵੀ ਬੜੀ ਔਖੀ ਆ ਪੰਜਾਬੀ ਦੀ ਵੀ ਜਾਹੇ ਇੰਗਲਿਸ਼ ਦੀ ਵੀ ਆ ਗ੍ਰਾਮਰ ਹਰ ਹਰ ਲੈਂਗੁਏਜ ਦੀ ਇਨ੍ਹਾਂ ਦੀ ਵੀ ਇਨ੍ਹਾਂ ਦੀ ਤਾਂ ਬਿਲਕੁਲ ਹੀ ਯਾਨੀ ਕਿ ਕਹਿ ਲਓ ਮੁੰਡੇ ਕੁੜੀ ਦੇ ਨਾਲ ਫਰਕ ਆ ਉਹ ਦਾ ਪੈ ਜਾਂਦਾ ਹੈ ਈ ਏ ਦਾ ਪੈ ਜਾਂਦਾ ਹੈ ਇਨ੍ਹਾਂ ਤਾਂ ਹੈਗੀ ਔਖੀ ਆ ਤਾਂ ਇਸ ਕਰਕੇ ਅੱਪਰ ਲੋਡ ਨਹੀਂ ਬਈ ਹਜੇ ਤੱਕ ਮੈਨੂੰ ਮਤਲਬ ਕਿ ਉਹਦੇ ਸੋਕੇ ਸ਼ਬਦਾਂ 'ਚ ਕਹਿਣ ਦਾ ਮਤਲਬ ਇਹ ਆ ਕਿ ਬੱਚੇ ਪੜਾਓ ਸੋਚ ਬਦਲੋ ਵੀ ਇੰਡੀਆ ਬੱਚੇ ਛੱਡਨੇ ਨੇ ਇੰਗਲਿਸ਼ ਸਿੱਖਣ ਗਏ ਤੇ ਜੇ ਇੱਥੇ ਰੱਖਣਾ ਆ ਤੇ ਬੱਚੇ ਇੱਥੇ ਪੜਾਓ ਬੱਚੇ ਆਪਣੇ ਪੜਾਓ ਇੱਥੇ ਸਕੋਪ ਹੈ ਸਕੋਪ ਹੈਗਾ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਯਾਨੀ ਕਿ ਉਸ ਹਿਸਾਬ ਨਾਲ ਬਸ ਇਹ ਹੈ ਕਿ ਇਨਫੋਰਮੇਸ਼ਨ ਦੀ ਲੋੜ ਹੈ ਬਿਲਕੁਲ ਇਨਫੋਰਮੇਸ਼ਨ ਲੋ ਹਾਂਜੀ ਗਾਈਡੈਂਸ ਲੋ ਲੋਕਾਂ ਨੇ ਇਹ ਨਹੀਂ ਇਹਨਾਂ ਲੋਕਾਂ ਤੋਂ ਹੀ ਲੋ ਇਟਾਲੀਆ ਨਾਲ ਤੋਂ ਹੀ ਇਹਨਾਂ ਨਾਲ ਗੱਲਬਾਤ ਕਰੋ ਇਹਨਾਂ ਤੋਂ ਹੀ ਤੁਹਾਨੂੰ ਪਤਾ ਲੱਗ ਬਿਲਕੁਲ ਬਿਲਕੁਲ ਕਿਉਂਕਿ ਮੈਂ ਇਦਾਂ ਹੀ ਕੀਤਾ ਇਹਨਾਂ ਤੋਂ ਅੱਗੇ ਲੈ ਲੈ ਕੇ ਬੱਚਿਆਂ ਨੂੰ ਖੁਦ ਮੈਂ ਕਹਿੰਦੀ ਹੁੰਦੀ ਸੀ ਇਨਾ ਤੋਂ ਪੁੱਛੋ ਹੁਣ ਮੇਰੀ ਕੁੜੀ ਜਿੱਦਾਂ ਕਹ ਲਓ ਜਿਹੜੀ ਤਰਸਾ ਮੇਦੀ ਆ ਜੁਨੇ ਹੁਣ ਇਹ ਜਿੱਦਾਂ ਸ਼ੇਲਰੇ ਕੀਤਾ ਹੈ ਲਿਚੇਓ ਲਿੰਗੁਇਸਟੀਕੋ ਹਾਂਜੀ ਹੁਣ ਦੇਖੋ ਬਟ ਟਾਫ ਕੋਰਸ ਆ ਟਾਫ ਹੈ ਇਹਦੇ ਚ ਵੀ ਯੂਨੀਵਰਸਿਟੀ ਜਿੱਦਾਂ ਮੋਹਤੋ ਇੰਪੋਰਟੈਂਟ ਹੈ ਹੁਣ ਜਿਹੜਾ ਮੇਰੇ ਬੇਟੇ ਨੇ ਉਹਦੇ ਚ ਯੂਨੀਵਰਸਿਟੀ ਤਾਂ ਨਹੀਂ ਇੰਪੋਰਟੈਂਟ ਹੈਗੀ ਪਰ ਫਿਰ ਵੀ ਉਹ ਕਰੂਗਾ ਜਿੱਦਾਂ ਕਹ ਲਓ ਮੈਂ ਕਰਨੀ ਆ ਫਿਰ ਇਦਾਂ ਹੁੰਦਾ ਯੂਨੀਵਰਸਿਟੀ ਕਰੂਗਾ ਤਾਂ ਦੈਨ ਆ ਜੋਬ ਵਧੀਆ ਮਿਲ ਜਾਣੀ ਹੈ ਮਤਲਬ ਉਹਦੀ ਕੁਆਲਿਫੀਕੇਸ਼ਨ ਵਧੀਆ ਹੋਣੀ ਵਧੀਆ ਹੋ ਜਾਣੀ ਮਿਲ ਤਾਂ ਉਹਨੂੰ ਜਣੀ ਆ ਕੁਇਨਤਾ ਤੋਂ ਬਾਅਦ ਵੀ ਜੋਬ ਮਿਲ ਜਾਣੀ ਆ ਫਿਰ ਨਾਰਮਲ ਆ ਫਿਰ ਇਹ ਆ ਕਿ ਯੂਨੀਵਰਸਿਟੀ ਕਰੂਗਾ ਵਧੀਆ ਉਹਨਾਂ ਦਾ ਫਿਊਚਰ ਵਧੀਆ ਭਾਜੀ ਦਾ ਔਰ ਤੁਹਾਡਾ ਇੱਥੇ ਆਇਆ ਸਫਲ ਹੋ ਜਾਏਗਾ ਹਾਂਜੀ ਭਾਜੀ ਤੇ ਪਿੰਡ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਜਿਹੜੇ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਰੱਖਦੇ ਨੇ ਮੈਂ ਭਾਜੀ ਇਹੀ ਆ ਹੱਥ ਜੋੜ ਕੇ ਉਹਨਾਂ ਮੋਰ ਬੇਨਤੀ ਕਰਨਾ ਚਾਹੂੰਗੀ ਕਿ ਤੁਸੀਂ ਜਣੀ ਕਿ ਮੈਨੂੰ ਬੂਟ ਪਾਓ ਤਾਂ ਜੋ ਜੋ ਵੀ ਪ੍ਰੋਬਲਮ ਆਨੇ ਸਾਡੇ ਕਮੂਨੇ ਦੇ ਵਿੱਚ ਤੁਹਾਨੂੰ ਆਉਂਦੀਆਂ ਨੇ ਜੋ ਵੀ ਹੈ ਜਾਨੀ ਕਿ ਕਹ ਲਓ ਅਸੀਂ ਬੈਠੇ ਆ ਸੋਲਵ ਕਰਨ ਤੁਸੀਂ ਮੈਨੂੰ ਦੱਸੋ ਮੈਂ ਤੁਹਾਡੀ ਇੱਕ ਆਵਾਜ਼ ਮਾਰੇ ਤੇ ਹਾਂਜੀ ਇੱਕ ਆਵਾਜ਼ ਮਾਰੇ ਤੇ ਮੈਂ ਜਾਨੀ ਕਿ ਕਹ ਲਓ ਉਹਨਾਂ ਦੇ ਕੋਲ ਜ਼ਰੂਰ ਜਾਊਂਗੀ ਮੈਂ ਗੱਲ ਕਰਦੀ ਵੀ ਹਜੇ ਤਾਂ ਅਸੀਂ ਜਾਨੀ ਕਿ ਕਹ ਲਓ ਅਸੀਂ ਤਾਂ ਜਿੱਤੇ ਵੀ ਨਹੀਂ ਆ ਤਿੰਨ ਚਾਰ ਜਾਨੀ ਕਿ 10 ਦਿਨਾਂ ਦੇ ਵਿੱਚ ਤਿੰਨ ਚਾਰ ਪ੍ਰੋਬਲਮਾਂ ਇਦਾਂ ਦੀਆਂ ਜਿਹੜੀਆਂ ਮੈਂ ਪੇਤਰੋ ਤੱਕ ਪਛਾਣਤੀਆਂ ਨੇ ਪੇਤਰੋ ਕੋਣਾ ਪੇਤਰੋ ਕਰਤੇ ਨੋਵਾ ਜਿਹੜਾ ਜਣ ਕੇ ਸਾਡੇ ਵੱਲੋਂ ਸਿੰਡੀ ਕੋ ਖੜਾ ਆ ਓਕੇ ਸਾਡਾ ਜਿਹੜਾ ਬਨੀਓਲੋ ਫਤੂਰਾ ਜਿਹੜਾ ਸਾਡਾ ਸਿੰਬੋਲੋ ਹਾਂਜੀ ਸਰਪੰਚ ਆ ਤਾਂ ਜਿੱਦਾਂ ਗੱਲ ਬਨੀਓਲੋ ਫਤੂਰੋ ਸਾਡਾ ਸਿੰਬੋਲੋ ਤਾਂ ਜਿੱਦਾਂ ਗੱਲ ਉਹਸ ਜਣ ਕੇ ਇਹ ਨਹੀਂ ਕਿ ਗੱਲੇ ਅਪਣੇ ਇੰਡੀਅਨ ਤਾਂ ਮੇਰੇ ਨਾਲ ਜਿਹਦਾ ਮੇਰਾ ਕੋਲੇਗਾ ਵੀ ਕੰਮ ਉਹਨੇ ਵੀ ਆਪਣੀ ਪ੍ਰੋਬਲਮ ਦੱਸੀ ਸੀ ਉਹ ਵੀ ਉਹ ਇਟਾਲੀਅਨ ਆ ਉਹਦੀ ਵੀ ਮੈਂ ਪਛਾਣਤੀ ਤਾਂ ਅਗਲੇ ਨੇ ਮੈਨੂੰ ਉਹਦਾ ਸੋਲੂਸ਼ਨ ਵੀ ਦੱਸਿਆ ਕਿ ਹਰਜੋਤ ਅਸੀਂ ਜਿੱਤਾਂਗੇ ਅਸੀਂ ਇਹ ਗੱਲ ਹੱਲ ਕਰਾਂਗੇ ਦੇਖੋ ਇਹ ਤਾਂ ਗੱਲ ਹਰਜੋਤਖਰ ਪੱਕੀ ਹੈ ਕਿ ਜਦ ਤੱਕ ਤੁਸੀਂ ਸੱਤਾ 'ਚ ਨਹੀਂ ਆਉਂਦੇ ਪੋਲਿਟਿਸ਼ੀਅਨ 'ਚ ਨਹੀਂ ਆਉਂਦੇ ਗਰਾਊਂਡ ਲੈਵਲ ਤੇ ਜਿੰਨਾ ਮਰਜ਼ੀ ਰੌਲਾ ਪਾਈ ਜਾਵੇ ਕੋਈ ਨਹੀਂ ਸੁਣਦਾ ਹੈਗਾ ਆਪਣਾ ਇੱਕ ਇੱਕ ਬੰਦਾ ਤਾਂ ਹਰ ਕਮੂਨਿਟੀ 'ਚ ਚਾਹੀਦਾ ਹੈ ਹਨਾ ਸੋ ਇਟਲੀ ਵਾਲਿਓ ਇਹਨਾਂ ਦਿਨਾਂ 'ਚ ਵੋਟਾਂ ਪੈਣੀਆਂ ਨੇ ਹੁਣ 8 ਔਰ 9 ਤਰੀਕ ਬਨਯੋਲੋ ਇਨ ਪਿਆਨੋ ਦੇ ਵਿੱਚ ਜਿਹੜੇ ਮੇਰੇ ਵੀਰ ਪੈਣ ਜੋ ਵੋਟ ਪਾਉਣ ਦਾ ਅਧਿਕਾਰ ਰੱਖਦੇ ਨੇ ਤੁਸੀਂ ਉਦਾਂ ਵੀ ਵੋਟ ਪਾਣੀ ਆ ਨਾ ਕਿਸੇ ਨ ਕਿਸਮ ਤੇ ਪਾਣੀ ਆ ਮਤਲਬ ਮਾਰੀਓ ਨੂੰ ਪਾਣੀ ਆ ਜਾਂ ਰੋਸੀ ਨੂੰ ਪਾਣੀ ਆ ਜਾਂ ਪਾਵਲਨ ਨੂੰ ਪਾਣੀ ਆ ਇੱਕ ਵਾਰੀ ਆਪਣੇ ਬੰਦਿਆਂ ਨੂੰ ਵੋਟ ਪਾ ਕੇ ਕੰਮ ਕਰਨ ਦਾ ਮੌਕਾ ਦੋ ਕੰਮ ਭਾਵੇਂ ਇਹਨਾਂ ਦੇ ਹੱਥ 'ਚ 100% ਨਹੀਂ ਹੈਗਾ ਲੇਕਿਨ ਤੁਹਾਡੀ ਆਵਾਜ਼ ਤਾਂ ਮੂਰੇ ਲੈ ਜਾਣਗੇ ਕੋਈ ਕੋਰ ਕੋਈ ਸਿੰਘ ਕਮੂਨ ਵਿੱਚ ਦਿਖੇਗਾ ਜਿਹੜੂ ਸਾਹਮਣੇ ਲਿਖਿਆ ਹੁੰਦਾ ਨਾ ਨਾਮ ਕੋਈ ਉੱਥੇ ਸਿੰਘ ਦਿਖੇਗਾ ਕੋਈ ਕੁਮਾਰ ਦਿਖੇਗਾ ਕੋਈ ਕੋਰ ਦਿਖੇਗੀ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ ਕਿਉਂਕਿ ਮੇਰੇ ਹੋ ਸਕਦਾ ਹੈ ਹਰਜੋਤ ਕੌਰ ਜੀ ਸੋ ਦੋਸਤ ਇਟਾਲੀਨ ਹੋਣ ਲੇਕਿਨ ਜਿੱਥੇ ਉਹ ਸਿੰਘ ਦਾ ਤਰਗੀਤਾ ਲਗਣਾ ਹੈ ਨਾ ਇਹ ਪਾਰਲੀਮੈਂਟ ਚ ਉਹ ਮੇਰੇ ਦੋਸਤ ਨਹੀਂ ਕੁਝ ਕਰ ਸਕਦੇ ਸੋ ਅਸੀਂ ਸਿਰਫ ਉਦਨ ਮਜ਼ਬੂਤ ਹੋਵਾਂਗੇ ਜਦਨ ਅਸੀਂ ਸੱਤਾ ਚ ਮਜ਼ਬੂਤ ਹੋਵਾਂਗੇ ਜਦਨ ਸਾਡੀ ਆਵਾਜ਼ ਸਟਰੋਂਗ ਹੋਏਗੀ ਸੋ ਮੇਰੇ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਤੁਹਾਨੂੰ ਬੈਸਟ ਆਫ ਲੱਕ ਅੱਧਾ ਮੈਦਾਨ ਤੇ ਫਤਿਹ ਕਰਤਾ ਆ ਅੱਧਾ ਰਹਿ ਗਿਆ ਆ ਵੋਟਾਂ ਬਾਦੋ ਵੀ ਹੋ ਜਾਣਾ ਹਾਂਜੀ ਬਾਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਇਹ ਗੱਲ ਕਰਕੇ ਫਤਿਹ ਬੁਲਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ